నా సేవకం నా ప్రీతి పరం పల్కొట్టుమం తో ప్రసాద సమర్పి నామం నాను కృపాల హర హర గురం జ్ఞానంజన గురుదియాయ జ్ఞాన అధేర్ వినాశ హర కృపాతే సంత భేటయా నానక మన ప్రగాస్ హోవై సప్త సమధి నూరి అర్సో కుల్సో చటియా తో నిష్ఠే సచ్చే పాతిశా మర జన్మ జన్మ దే సచ్చే ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਸਵਈਏ ਸ਼੍ਰੀ ਮਹਲ ਸ਼੍ਰੀ ਮੁੱਖ ਵਾਕ ਮਹੱਲਾ ਪੰਜਵਾ ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਹਿਓ ਭਰਪੂਰ ਸਗਲ ਘਟ ਰਹਿਓ ਬਿਆਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਸੰਗੀ ਗੁਰੂ ਖਾਲਸਾ ਜੀ ਜਿਤਨੇ ਭੈਣ ਭਾਈ ਸਾਰੇ ਸੰਗਤ ਦੇ ਵਿਸ਼ ਰੂਪ ਵਿੱਚ ਸੁਸ਼ੋਭਿਤ ਹੋ ਆਪ ਆਪਣੀ ਯਤਨ ਬਗਾਨੀ ਮਾਇਆ ਸਭ ਨੂੰ ਵੱਡੀ ਰੱਖਦੀ ਹੈ ਇਹ ਸੰਸਾਰ ਦੇ ਅੰਦਰ ਰਵਾਇਤ ਔਰ ਆਵਾਜ਼ ਆ ਰਹੀ ਹੈ ਚਾਰ ਛਪੇਰੇ ਆਪਾਂ ਜਿਤਨੇ ਵੀ ਭੈਣ ਭਾਈ ਸੰਗਤ ਦੇ ਰੂਪ 'ਚ ਬੈਠੇ ਹਾਂ ਜੇ ਕਿਸੇ ਨੂੰ ਕਹਿ ਦਈਏ ਤੂੰ ਕਮਲਾ ਹੈ ਕਹਿੰਦਾ ਤੂੰ ਕਮਲਾ ਹੋਵੇਗਾ ਮੇਰੇ ਵਰਗਾ ਤਾਂ ਸੰਸਾਰ ਸੁਣਦਾ ਜੰਮਿਆ ਹੀ ਨਹੀਂ ਸੋ ਖਾਲਸਾ ਜੀ ਜਿੱਥੇ ਬੈਠੇ ਹੈ ਗੁਰੂ ਨਾਨਕ ਦੇਵ ਜੀ ਦਾ ਦਰਬਾਰ ਹੈ ਇੱਥੇ ਜੋ ਵੀ ਕੀਰਤਨ ਸੁਣੀਏ ਕਥਾ ਸੁਣੀਏ ਉਹ ਜਿਹੜੀ ਆਵਾਜ਼ ਆ ਰਹੀ ਹੈ ਉਹ ਗੁਰਬਾਣੀ ਦੀ ਆ ਰਹੀ ਹੈ ਗੁਰਬਾਣੀ ਉਹ ਬਾਣੀ ਜਿਹੜੀ ਗੁਰੂਆਂ ਦੇ ਮੁਖਾਰਬਿੰਦ ਤੋਂ ਨਿਕਲੀ ਹੋਈ ਹੈ ਜਿਹੜੇ ਬੱਚੇ ਨੂੰ ਆਪਣੇ ਉਸਤਾਦ ਦੇ ਉੱਤੇ ਭਰੋਸਾ ਨਹੀਂ ਉਹ ਕਦੇ ਵੀ ਉਹਦੇ ਉਪਦੇਸ਼ ਨੂੰ ਗ੍ਰਹਿਣ ਨਹੀਂ ਕਰੇਗਾ ਜਿਹਨੂੰ ਗੁਰੂ ਸਾਹਿਬ ਦੇ ਉੱਤੇ ਭਰੋਸਾ ਨਹੀਂ ਉਹ ਗੁਰਬਾਣੀ 'ਤੇ ਕਦੇ ਵੀ ਸਤਸੰਗ ਜੀ ਭਰੋਸਾ ਨਹੀਂ ਕਰੇਗਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਦੁਨੀਆਂ ਦੀ ਖਾਲਸਾ ਜੀ ਸਾਰੀ ਵਿੱਦਿਆ ਅਧਿਐਨ ਕਰ ਲਿਓ ਜੂਨੀ ਬਰਾਠੀਆਂ ਘੁੰਮ ਲਿਓ ਸਾਰੇ ਚਰਿਆ ਜਾਇਓ ਜਿੰਨਾ ਚਿਰ ਆਹ ਅੰਮ੍ਰਿਤਮਈ ਬਾਣੀ ਨੂੰ ਆਪਾਂ ਨਹੀਂ ਨਾ ਨੇੜੇ ਹੋਵਾਂਗੇ ਖਾਲਸਾ ਜੀ ਹਨੇਰਾ ਹੀ ਹਨੇਰਾ ਹਨੇਰਾ ਹੀ ਹਨੇਰਾ ਹੈ ਕੋਈ ਹਨੇਰੇ ਨੂੰ ਪਸੰਦ ਕਰਦਾ ਹੈ ਹਨੇਰੇ ਨੂੰ ਪਸੰਦ ਕਰਦੇ ਚੋਰ ਔਰ ਉੱਲੂ ਲੇਕਿਨ ਆਪਾਂ ਵੀ ਹਨੇਰੇ ਨੂੰ ਪਸੰਦ ਕਰਦੇ ਸਾਰੇ ਕਹਿੰਦੇ ਮਹਾਰਾਜ ਹਿਰਦੇ ਪ੍ਰਕਾਸ਼ ਹੋ ਜਾਵੇ ਨਾਲ ਹੀ ਆਪਣੇ ਜੋ ਕਿਸੇ ਨੂੰ ਪੁੱਛ ਕੇ ਦੇਖ ਲਓ ਤੂੰ ਕੀ ਚਾਹੁੰਦਾ ਕਹਿੰਦਾ ਬਈ ਮੈਂ ਸੁੱਖ ਸ਼ਾਂਤੀ ਚਾਹੁੰਦਾ ਹਾਂ ਕੋਈ ਹੈ ਐਸਾ ਵਿਅਕਤੀ ਜਿਹੜਾ ਸੁੱਖ ਸ਼ਾਂਤੀ ਨਹੀਂ ਚਾਹੁੰਦਾ ਔਰ ਸੁੱਖ ਸ਼ਾਂਤੀ ਦੀਆਂ ਵਰਾਇਟੀਆਂ ਦੋ ਨੇ ਕਈ ਵੇਰ ਖਾਣ ਪੀਣ ਪਹਿਨਣ ਦੇ ਸੁੱਖ ਪ੍ਰਾਪਤ ਹੋਏ ਲੇਕਿਨ ਭੋਗੰਗ ਤਾਂ ਰੋਗੰਗ ਉਦੋਂ ਬਾਅਦ ਫਿਰ ਰੋਗ ਅਤੇ ਦੁੱਖ ਆ ਜਾਂਦੇ ਕਿ ਨਹੀਂ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਲੰਘਦੀ ਇਸ ਧਰਤੀ ਦੇ ਜਿੱਥੇ ਆਪਾਂ ਸੁਸ਼ੋਭਿਤ ਹਾਂ ਇਹ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਘਰ ਹੈ ਆਪਾਂ ਕੌਣ ਹਾਂ ਗੁਰੂ ਨਾਨਕ ਦੇਵ ਜੀ ਦੇ ਨੰਨੇ ਪੁੱਤਰ ਹਾਂ ਪੁੱਤਰ ਧੀਆਂ ਹਾਂ ਜੋ ਬੱਚੇ ਨੂੰ ਮਾਂ ਦੀ ਗੋਦ ਦਾ ਆਨੰਦ ਹੈ ਉਹਨੂੰ ਪੁੱਛੋ ਦੱਸ ਸਕਦਾ ਹੈ ਇਸੇ ਤਰ੍ਹਾਂ ਜਿਹੜੇ ਗੁਰਮੁਖ ਸ਼ਰਧਾਲੂ ਨੇ ਜਿਨ੍ਹਾਂ ਨੂੰ ਇੱਥੇ ਬੈਠ ਕੇ ਸਤਸੰਗ ਜੀ ਗੁਰੂ ਕੀ ਗੋਦ ਦਾ ਆਨੰਦ ਹੈ ਉਹ ਇਕੱਠ ਨਹੀਂ ਹੈ ਵਕਤਾ ਉਹੀ ਹੁੰਦਾ ਜੋ ਪਹਿਲਾਂ ਸਤਸੰਗ ਜੀ ਆਵਾਜ਼ ਆ ਰਹੀ ਹੈ ਤੁਸੀਂ ਸਾਰੇ ਜੁੜੇ ਹੋਏ ਸੀ ਕੀਰਤਨ ਵਿੱਚ ਔਰ ਕੀਰਤਨ ਕਿਹਦਾ ਹੋ ਰਿਹਾ ਸੀ ਵਾਹਿਗੁਰੂ ਦੀ ਮਹਿਮਾ ਹੋ ਰਹੀ ਸੀ ਬੇਦ ਕਿਤੇ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਮੁਖਾਰਬਿੰਦ ਤੋਂ ਕਬੀਰ ਸਾਹਿਬ ਜੀ ਨੇ ਸਤਸੰਗ ਜੀ ਤਰੰਗ ਰਾਜ ਵਿਖੇ ਸ਼ਬਦ ਉਚਾਰਿਆ ਜੋ ਗੁਰਮੁਖ ਪਿਆਰੇ ਰਾਗੀ ਸਿੰਘ ਅਥਵਾ ਆਪ ਸਰਗੁਣ ਕਰ ਰਹੇ ਸੀ ਧੰਨ ਉਹ ਗੁਰਮੁਖ ਹੋਣਗੇ ਆਪਣੇ ਵਿੱਚੋਂ ਜਿਨ੍ਹਾਂ ਨੂੰ ਸਮਝ ਆ ਰਹੀ ਸੀ ਉਹ ਵੀ ਗੁਰਮੁਖ ਨੇ ਜਿਨ੍ਹਾਂ ਨੂੰ ਊਂਘ ਵੀ ਆ ਰਹੀ ਸੀ ਉਹ ਵੀ ਵਿਚਾਰੇ ਮਹੱਤਰ ਹਨ ਜਿਨ੍ਹਾਂ ਨੂੰ ਸਮਝ ਹੀ ਨਹੀਂ ਸੀ ਚੱਲ ਬੈਠੇ ਹਾਂ ਪਤਾ ਨਹੀਂ ਡੰਗਰ ਕਦੋਂ ਖੁੱਲੂਗਾ ਸੋ ਆਪੋ ਆਪਣੀਆਂ ਵਾਸ਼ਨਾ ਵੱਖਰੀਆਂ ਵੱਖਰੀਆਂ ਹਨ ਸੋ ਖਾਲਸਾ ਜੀ ਕੀ ਕਿਹਾ
ਵਾਹਿਗੁਰੂ ਅੱਲਾ ਪਾਕ ਪਾਕ ਹੈ ਪਵਿੱਤਰ, ਜਿਹੜਾ ਨਾਂ ਜਾਣਿਆ ਜਾਵੇ ਉਹਨੂੰ ਅੱਲਾ ਕਹਿੰਦੇ ਆ, ਰੱਖ। ਜਿਹੜਾ ਨਹੀਂ ਜਾਣਿਆ ਜਾਂਦਾ ਫਿਰ ਜਾਣਨ ਦੀ ਕੋਸ਼ਿਸ਼ ਕਿਉਂ ਕਰਨੀ ਆ ਬਈ? ਗੁਰੂ ਕੁਛ ਪੱਲਿਓ ਨਹੀਂ ਦਿੰਦਾ ਸਾਨੂੰ, ਪੁੱਲਿਆਂ ਨੂੰ ਸਮਝਾਉਂਦਾ ਹੈ। ਕਦੇ ਤੁਸੀਂ ਕਦੇ ਕਿਹਾ ਕਿ ਮੈਂ ਦੇਹ ਹਾਂ, ਕਿਸੇ ਨੂੰ ਪੁੱਛ ਕੇ ਕਹਿੰਦਾ ਮੇਰੀ ਦੇਹ ਹੈ, ਮੈਂ ਦੇਹ ਥੋੜੋ ਹਾਂ। ਕਮਲੇ ਆ ਜਦੋਂ ਫੋਟੋ ਖਿਚਾਉਣਾ ਉਦੋਂ ਕਿਉਂ ਕਹਿੰਦਾ ਮੇਰੀ ਫੋਟੋ ਹੈ, ਫਿਰ ਕਹਿੰਦਾ ਮੇਰੇ ਸਰੀਰ ਦੀ ਫੋਟੋ ਹੈ। ਇਹੀ ਪੜ੍ਹ ਲਿਖ ਕੇ ਤੂੰ ਅਕਲ ਸਿੱਖੀ ਹੈ? ਐਸ ਘਰ ਦੇ ਅੰਦਰ ਉਹ ਆਪਾਂ ਨੂੰ ਸਿੱਖਿਆ ਪ੍ਰਾਪਤ ਹੁੰਦੀ ਜਿਹੜੀ ਕਿਤੇ ਵੀ ਦੁਨੀਆਂ ਦੇ ਤਖ਼ਤੇ 'ਤੇ ਨਹੀਂ ਹੈ। ਸੋ ਪ੍ਰੇਮੀਓ, ਇਸੇ ਤਰ੍ਹਾਂ ਖੁਸ਼ੀ ਗਮੀ ਮਨ ਦਾ ਧਰਮ ਹੈ। ਮੇਰਾ ਮਨ ਬੜਾ ਖੁਸ਼ ਹੈ, ਅੱਜ ਮੇਰਾ ਦੁੱਖ ਅਫਸੋਸ ਦੇ ਸਕ, ਫਿਰ ਤੁਸੀਂ ਕੌਣ ਹੋਏ ਵੀ ਤੁਹਾਨੂੰ ਤਾਂ ਦੁੱਖ ਸੁੱਖ ਖੁਸ਼ੀ ਗਮੀ ਤੁਹਾਡੇ ਕੋਲ ਤਾਂ ਹੈ ਨਹੀਂ। ਜੰਮਣ ਮਰਨ ਦੇਹ ਦਾ ਧਰਮ ਹੈ, ਜੇ ਮਰ ਜਾਈਏ ਗਾਹਾਂ ਸਾਹਿਬ ਕੌਣ ਦੇਊ, ਫਿਰ ਤਾਂ ਖਤਮ ਆ ਕੰਮ। ਭੁੱਖ ਪਿਆਸ ਪ੍ਰਾਣਾਂ ਨੂੰ ਲੱਗਦੀ ਹੈ, ਮੇਰੇ ਪ੍ਰਾਣ ਨਿਕਲਦੇ ਜਾਂਦੇ ਆ ਜਾਂ ਰੋਟੀ ਦੇ ਜਾਂ ਪਾਣੀ, ਕਦੇ ਕਿਹਾ ਮੇਰੀਆਂ ਅੱਖਾਂ ਨਿਕਲਦੀਆਂ ਜਾਂਦੀਆਂ ਜਾਂ ਕੁਛ। ਭੁੱਖ ਪਿਆਸ ਖੁਸ਼ੀ ਗਮੀ ਜੰਮਣ ਮਰਨ ਆਪਣੇ 'ਚ ਨਹੀਂ ਹੈ। ਆਪਾਂ ਦੱਸੋ ਕੌਣ ਹੋਏ ਖਾਲਸਾ ਜੀ? ਆਹ ਗੁਰੂ ਨਾਨਕ ਦੇਵ ਜੀ ਦੇ ਦਰ ਤੋਂ ਬਿਨਾਂ, ਇਸ ਗੁਰਬਾਣੀ ਤੋਂ ਬਿਨਾਂ ਕਿਸੇ ਨੇ ਨਹੀਂ ਦੱਸਣਾ। ਜਿਹਨੂੰ ਸਾਰੀ ਜ਼ਿੰਦਗੀ ਆਪਦਾ ਨਹੀਂ ਪਤਾ ਲੱਗਿਆ, ਤਰਕਾਰ ਨਹੀਂ ਹੈ। ਸੋ ਖਾਲਸਾ ਜੀ ਬੱਚਿਆਂ ਨੂੰ ਕਾਗਰ ਕਰੀਏ, ਵਾਹਿਗੁਰੂ ਬਹੁ ਰੰਗਾਂ 'ਚ ਵਰਤਦਾ ਹੈ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋਤ ਸੁਭਾਵ ਹੈ ਨਾਨਕਾ ਸਾਰੀ ਗੱਲ ਚੰਗੀ। ਉਹ ਨਿਰਾਕਾਰ ਰੂਪ ਵੀ ਹੈ ਔਰ ਸਾਕਾਰ ਰੂਪ ਵੀ ਹੈ। ਅੱਜ ਖਾਲਸੇ ਦੇ ਅੰਦਰ ਕੀ ਪ੍ਰਚਾਰ ਕੀਤਾ ਜਾਂਦਾ? ਖਾਲਸਾ ਜੀ ਫੋਟੋਆਂ ਨੂੰ ਭੰਨਦੇ ਹੋ, ਇਹਨਾਂ ਨੂੰ ਨਹੀਂ ਆਪਾਂ ਮੰਨਣਾ, ਲੇਕਿਨ ਆਪ ਦੀ ਫੋਟੋ ਕੰਧਾਂ 'ਤੇ ਲੱਗਦੀ ਹੈ ਉਹ ਸੱਚੀ ਹੋਊਗੀ, ਇਹ ਸਿਆਣਪ ਹੈ। ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਧਾਰ ਜਨ ਸਕਦੀ ਮੋਹੀ। ਇਸ ਵਿਸ਼ੇਸ਼ 'ਤੇ ਕਿਉਂ ਆਪਾਂ ਵਿਚਾਰ ਕਰ ਰਹੇ ਹਾਂ? ਰਾਗੀ ਸਿੰਘ ਕੀ ਬੋਲ ਰਹੇ ਸੀ? ਸਿਆਮ ਮੂਰਤ ਨਾ ਹੈ। ਦੂਜੇ ਪਾਸੇ ਗੁਰਬਾਣੀ ਦੀ ਆਵਾਜ਼ ਹੈ, ਸਿਆਮ ਸੁੰਦਰ ਦਾ ਨੀਂਦ ਕਿਉਂ ਆਈ? ਮਹਾ ਮੋਹਨੀ ਦੂਤਾਂ ਲਾਈ, ਪ੍ਰੇਮ ਪਿਛੋਹਾ ਕਰਤ ਕਸਾਈ, ਨਿਹ ਤੰਗ ਕਿਸ ਨਿਹ ਨਾ ਪਾਈ। ਸਰਗੁਣ ਦੀ ਉਪਾਸ਼ਨਾ ਵੱਖਰੀ ਹੈ, ਨਿਰਾਕਾਰ ਦੀ ਉਪਾਸ਼ਨਾ ਵੱਖਰੀ ਹੈ। ਹਮੇਸ਼ਾ ਵਾਸਤੇ ਕੀਰਤਨ ਸੁਣਦੇ ਹਾਂ, ਕੱਲ੍ਹ ਆਵਾਜ਼ਾਂ ਆ ਰਹੀਆਂ ਸੀ ਰਾਗੀ ਸਿੰਘਾਂ ਦੀ ਰਸਨਾ ਤੋਂ, ਦਾਸ ਨੇ ਇੱਥੇ ਸਰਗੁਣ ਕਰਦਾ ਰਿਹਾ ਕੀਰਤਨ। ਮਾਈ ਗੋਬਿੰਦ ਪੂਜਾ ਕਹਾਂ ਲੈ ਚਲਾਵੋ, ਤੇ ਪਰਮੇਸ਼ਰ ਮੈਂ ਤੇਰੀ ਪੂਜਾ ਕਰਾਂ, ਕੀ ਰਹਿ ਕੇ ਚੜ੍ਹਾਵਾਂ ਜੂਠੀਆਂ ਵਸਤੂਆਂ। ਮੈਲਾ ਗਰ ਬਿਹਰੇ ਹੈ ਭਿਅੰਗਾ, ਜੇ ਚੰਦਨ ਸਿੜਕਦਾ, ਕੋਈ ਚੰਦਨ ਬਾਬਨ ਚੰਦਨ ਐਸਾ ਨਹੀਂ ਜਿਹਦੇ ਆਲੇ ਦੁਆਲੇ ਸੱਪਨੇ ਲਿਪਟੇ ਹੋਏ। ਕੋਈ ਐਸਾ ਫੁੱਲ ਨਹੀਂ ਜਿਹੜਾ ਭੌਰਿਆਂ ਨੇ ਸਤਸੰਗ ਜੀ ਜੂਠਾ ਨਹੀਂ ਕੀਤਾ ਹੋਇਆ, ਦੇਖ ਲਿਓ ਵਲਿਆੜੀ ਜਾ ਕੇ। ਕੋਈ ਐਸਾ ਦੁੱਧ ਨਹੀਂ ਜਿਹੜਾ ਬੱਚੇ ਨੇ ਨਹੀਂ ਪਹਿਲਾਂ ਚੁੰਘਿਆ ਹੈ। ਸਰਗੁਣ ਸਰੂਪ ਜੇ ਕੀ ਨਾਮਦੇਵ ਨੇ ਦੁੱਧ ਨਹੀਂ ਪਿਆ, ਕੀ ਆਪਾਂ ਫੁੱਲਾਂ ਨੂੰ ਅਰਪਦੇ ਨਹੀਂ? ਇਹ ਸਰਗੁਣ ਦੀ ਉਪਾਸ਼ਨਾ ਵਿਲੱਖਣ ਹੈ ਔਰ ਨਿਰਾਕਾਰ ਦੀ ਵੱਖਰਾ। ਇਸ ਕਰਕੇ ਖਾਲਸਾ ਜੀ ਝਗੜਾ ਨਹੀਂ ਕਰਨਾ ਹੈ। ਜੇ ਕੋਈ ਸਰਗੁਣ ਦਾ ਉਪਾਸ਼ਕ ਹੈ ਤਾਂ ਉਹ ਵੀ ਸਤਿਕਾਰਯੋਗ ਹੈ, ਨਾਸਤਕ ਤਾਂ ਨਹੀਂ, ਪਰਮੇਸ਼ਵਰ ਦੀ ਭਗਤੀ ਦਾ ਕਰ ਰਿਹਾ ਹੈ ਨਾ। ਨਾਲ ਹੀ ਤਾਂ ਆਪਾਂ ਸਾਰੇ ਸੁਣਦੇ ਹਾਂ, ਹੇ ਵਾਹਿਗੁਰੂ ਜੇ ਪ੍ਰਹਲਾਦ ਦੀ ਰੱਖਿਆ ਕੀਤੀ ਤਾਂ ਦੇਹ ਧਾਰ ਕੇ ਕੀਤੀ, ਨਿਰਗੁਣ ਨੇ ਤਾਂ ਨਹੀਂ ਕੀਤੀ, ਨਰਸਿੰਘ ਰੂਪ ਧਾਰਿਆ। ਜੇ ਧੰਨੇ ਦੀਆਂ ਗਊਆਂ ਚਾਰੀਆਂ ਤਾਂ ਇਹੋ ਜਿਹਾ ਸਰੂਪ ਧਾਰ ਕੇ ਚਾਰੀਆਂ। ਨਾਮਦੇਵ ਕੋਲੋਂ ਦੁੱਧ ਪੀਤਾ, ਨਿਰਾਗੁਣ ਨਿਰਗੁਣ ਨੇ ਪੀਤਾ, ਸਰਗੁਣ ਨੇ ਪੀਤਾ। ਤੇਰਾ ਸੋਹਣਾ ਨੱਕ ਜੇ ਨੰਬੜੇ ਬਾਲਾ, ਕੰਚਨ ਕਾਇਆ ਸੋਹਣੇ ਕੀ ਢਾਲਾ, ਜਪੋ ਤੁਸੀਂ ਸਹੇਲੀਓ, ਜਾਊਂ ਦੁਆਰ ਨਾ ਹੋ ਖੜੀਆਂ, ਸਿੱਖ ਸੁਣੋ ਮਹੇਲੀਓ। ਕਿੱਥੇ ਭੁੱਲੇ ਫਿਰਾਂਗੇ ਅਸੀਂ ਆਪਸ ਦੀ ਲੜੀਏ ਖਾਲਸਾ ਜੀ? ਹੋਏ ਕੱਤਰ ਮਿਲੋ ਮੇਰੇ ਭਾਈ, ਦੁਧਾ ਦੂਰ ਕਰੋ ਲਿਬਲਾਏ, ਹਰਨਾਮੇ ਤੇ ਹੋਵੋ ਜੋ ਵੀ ਗੁਰਮੁਖ ਬੈਸੋ ਸਫਾ ਮਛਾਏ। ਜੇ ਕੋਈ ਸਰਗੁਣ ਦੀ ਉਪਾਸ਼ਨਾ ਕਰਦਾ ਹੈ ਉਹ ਵੀ ਧੰਨ ਹੈ ਗੁਰਮੁਖ।
ਜੇ ਕੋਈ ਨਿਰਾਕਾਰ ਦੀ ਉਪਾਸ਼ਨਾ ਬਹੁਤ ਹੀ ਵਰਤੀ ਉਜਰ ਹੈ, ਜਿਵੇਂ ਸਤਸੰਗ ਜੀ ਇਹ ਦੇਦ ਕਿਤੇ ਇਫਤਰਾ ਭਾਈ ਇਫਤਰਾ ਪ੍ਰਚਾਰ ਨੂੰ ਵੀ ਕਹਿੰਦੇ, ਇਫਤਰਾ ਫੁੱਲਾ ਫਾਟੀ ਨੂੰ ਵੀ ਕਹਿੰਦੇ। ਚਾਰ ਵੇਦ ਹਨ, ਚਾਰੇ ਕਿਤੇਬ ਹਨ, ਬੇਕਿਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਅਸੀਂ ਤਾਂ ਨਿੰਦਿਆ ਨੇ ਪੱਟ ਕੇ ਰੱਖ ਦਿੱਤੇ ਖਾਲਸਾ ਜੀ। ਗੁਰੂ ਨਾਨਕ ਦੇਵ ਜੀ ਸਭ ਦਾ ਭਲਾ ਚਾਹੁੰਦਾ ਹੈ, ਸਾਡਾ ਸਿਧਾਂਤ ਅਦਵੈਤ ਹੈ, ਸੁਰਾ ਵਿਚਾਰ। ਜੇ ਕਹੀਏ ਸਮੁੰਦਰ ਨੂੰ ਕੁੱਜੇ 'ਚ ਬੰਦ ਕਰਦੇ ਨਹੀਂ ਹੁੰਦਾ ਹੈ। ਨਾ ਇਸਤੀ ਕਾਰਨਾ ਨਾ ਇਸਤੀ ਕਾਰਜਾ, ਵਾਹਿਗੁਰੂ ਦਾ ਕਾਰਜ ਕਰਕੇ ਕਾਰਨ ਕਰਕੇ ਅੰਤ ਨਹੀਂ ਹੈ। ਨਦੀ ਵਾਹਿਗੁਰੂ ਸਮੁੰਦਰ ਦੇ ਵਿੱਚ ਮਿਲ ਸਕਦੀ ਹੈ ਨਦੀ, ਲੇਕਿਨ ਸਮੁੰਦਰ ਨੂੰ ਮਿਲ ਨਹੀਂ ਸਕਦੀ ਕਿ ਮੈਂ ਉਹਦੀ ਮੇਜ਼ਰਮੈਂਟ ਕਰ ਲੂੰਗੀ। ਇਸੇ ਤਰ੍ਹਾਂ ਆਪਾਂ ਵਾਹਿਗੁਰੂ 'ਚ ਭੇਦ ਹੋ ਸਕਦੇ ਹਾਂ, ਲੇਕਿਨ ਉਹਦਾ ਅੰਤ ਨਹੀਂ, ਗੁਰਸਿੱਖੋ ਪਾ ਲਓ ਬੇਅੰਤ ਹੀ ਹੈ। ਅੱਜ ਕੱਲ੍ਹ ਯੁੱਗ ਦਾ ਸਮਾਂ ਆਪਾਂ ਨੂੰ ਮਾਨਸ ਦੇ ਹੀ ਪ੍ਰਾਪਤ ਹੋਈ। ਸਤਿਯੁਗ ਤਾਂ ਮਾਣਿਓ ਛੱਲਿਓ ਬਲ ਬਾਵਨ ਭਾਇਓ, ਤੇਤੇ ਤੇ ਮਾਣਿਓ ਰਾਮ ਰਵੰਗ ਬੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ, ਉੱਗਰ ਸਨ ਕੋ ਰਾਜ ਭੈ ਭਗਤਾ ਜਾਂਦੀਓ, ਕਰ ਜਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਵਚਾਰਿਆ ਟਾਢੇ ਆਦਿ ਪੁਰਖ ਫਰਮਾਇਓ। ਅੱਜ ਕਰ ਜੁਗ ਦਾ ਸਮਾਂ ਆਪਾਂ ਨੂੰ ਮਾਨਸ ਦੇ ਹੀ ਮਿਲੀ ਹੈ। ਅੱਜ ਗੁਰੂ ਨਾਨਕ ਦੇਵ ਜੀ ਦਾ ਪਹਿਰਾ ਹੈ, ਦਸਾਂ ਸਰੂਪਾਂ 'ਚ ਵਰਤ ਕੇ ਆਪਾਂ ਨੂੰ ਆ ਸ਼ਬਦ ਦੇ ਲੜ ਲਾਇਆ ਖਾਲਸਾ ਜੀ। ਨਾਲ ਹੀ ਸਾਰੇ ਜਿੱਥੇ ਤੁਸੀਂ ਇੱਕ ਦੂਏ ਖਿੱਚੜਨ ਦੀਆਂ, ਕੌਣ ਜਾਣਾ ਮੇਰਾ ਨਾਮ ਜੀਓ, ਜੇ ਆ ਸਰੀਰ ਕਹੇ ਮੇਰੇ ਵਰਗਾ ਸਿਆਣਾ ਕੋਈ ਨਹੀਂ, ਆਪ ਕੌਣ ਹੋ, ਆਪ ਗੁਰੂ ਕੀ ਸੰਗਤ ਹੋ, ਸੰਗਤ ਨਾਲੋਂ ਵੀ ਕੋਈ ਪਿਆਣਾ ਬਖਤਾ ਸਿਆਣਾ ਹੋ ਸਕਦਾ ਹੈ। ਇਸ ਕਰਕੇ ਖਾਲਸਾ ਜੀ ਹਮੇਸ਼ਾ ਵਾਸਤੇ ਮਹਾਰਾਜ ਸਾਹਿਬ ਜੀ ਨੇ ਆਪਾਂ ਨੂੰ ਸ਼ਬਦ ਦੇ ਲੜ ਲਾਇਆ, ਸ਼ਬਦ ਦੇ ਲੜ ਆਪਣੇ ਮਨ ਨੂੰ ਲਾਇਆ ਕਿ ਤਨ ਨੂੰ ਲਾਇਆ। ਬਈ ਅੱਜ ਕੀਰਤਨ ਹੁੰਦਾ ਸੀ, ਮਨ ਨੇ ਪਕੜਿਆ ਸਤਸੰਗਤ ਦੀ ਸ਼ਬਦ ਦੀ ਆਵਾਜ਼ ਨੂੰ ਕਿ ਹੱਥਾਂ ਨੇ ਪਕੜਿਆ ਹੈ। ਹੱਥ ਸਫਲੇ ਹੋਣਗੇ ਆਹ ਜਿਹੜੀ ਸੰਗਤ ਆ ਨਾ ਇਹਦੀ ਸੇਵਾ ਕਰਕੇ। ਔਰ ਪੰਜ ਪਿਆਰੇ ਕਿੱਥੇ ਨੇ, ਆ ਸੰਗਤ ਵਿੱਚੋਂ ਨਿਕਲਣਗੇ। ਸਾਕਾਰ ਰੂਪ ਵੀ ਪਰਮੇਸ਼ੁਰ ਹੈ ਵੀ ਸੰਗਤ ਹਰ ਪਾ ਵਸੈ ਜੀਓ। ਅਸੀਂ ਤਾਂ ਆਪਸ ਵਿੱਚ ਹੀ ਫੁੱਟਣੇ ਅਤੇ ਝਗੜਿਆਂ ਨੇ ਮਨ ਮਤ ਨੇ ਮਾਰ ਲਏ। ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠਿਨ ਨਹੀਂ, ਇਹ ਬਾਤ ਬੜੀ ਕਠਿਨ ਹੈ। ਜਿੰਨਾ ਚਿਰ ਮਨ ਦੀ ਮਤ ਨਹੀਂ ਨਾ ਛੱਡਦੇ, ਉਹਨਾਂ ਚਿਰ ਆ ਗੁਰਮਤ ਆਉਣੀ ਨਹੀਂ ਅਤੇ ਸ਼ਾਂਤੀ ਆਉਣੀ ਨਹੀਂ। ਜਦ ਤੱਕ ਉਹ ਆਪਾਂ ਜਿਤਨੇ ਭੈਣ ਭਾਈ ਹਾਂ ਸੰਗਤ ਦੇ ਰੂਪ 'ਚ ਸੁੱਖ ਸ਼ਾਂਤੀ ਚਾਹੁੰਦੇ ਹਾਂ ਕਿ ਨਹੀਂ, ਕੋਈ ਨਾ ਕਹਿ ਕੇ ਦਿਖਾਵੇ। ਸੋ ਰਹੋ ਵਿਚਾਰ ਖਾਲਸਾ ਜੀ, ਮਹਾਰਾਜ ਕਿਰਪਾ ਕਰੇ। ਜਿੱਥੇ ਨਿਰਾਕਾਰ ਦੀ ਉਪਾਸ਼ਨਾ ਉੱਥੇ ਸਰਗੁਣ ਦਾ ਖੰਡਨ ਹੈ, ਜਿੱਥੇ ਸਰਗੁਣ ਦੀ ਉਪਾਸ਼ਨਾ ਉੱਥੇ ਨਿਰਾਕਾਰ ਦਾ ਖੰਡਨ ਹੈ। ਸੋ ਸਤਸੰਗਤ ਜੀ, ਦਾਸ ਨੂੰ ਹੁਕਮ ਹੋਇਆ, ਅੱਜ 27-28 ਸਾਲ ਹੋ ਗਏ, ਆਹ ਭੂਮੀ ਧਨ ਹੈ ਜਿੱਥੇ ਸਤਸੰਗਤ ਜੀ ਆਹ ਸੰਗਤਾਂ ਦਾ ਹਾਲ ਲੈਂਦੀਆਂ ਹਨ। 1991 27 ਜਨਵਰੀ ਤੋਂ ਇੱਥੇ ਆਪ ਮੈਨੂੰ ਸੰਗਤ ਸੁਖਤ ਹੋ ਕੇ ਦਹਾ ਲੈਂਦੀ ਹੈ। ਸੋ ਪ੍ਰੇਮੀਓ, ਆਓ ਵਿਅਕਤੀਆਂ ਨੂੰ ਉਜਾਗਰ ਕਰੀਏ, ਇਹ ਸ਼ਬਦ ਵਸਤੂ ਕੀ ਹੈ, ਗੁਰੂ ਗ੍ਰੰਥ ਸਾਹਿਬ ਜੀ ਕੀ ਹਨ। ਸ਼ਬਦ ਗੁਰ ਪੀਰਾ ਗਹਿਰ ਗਭੀਰਾ ਬਿਨ ਸ਼ਬਦ ਹੈ ਜਗ ਬੋਰਾਨੰਗ। ਸ਼ਬਦ ਵੀ ਹਿੰਦੁਸਤਾਨ ਦੇ ਅੰਦਰ ਮੁਸਲਮਾਨਾਂ ਦਾ ਪੀਰ ਹੈ, ਸ਼ਬਦ ਹੀ ਸਤਸੰਗਤ ਜੀ ਹਿੰਦ ਵਾਸੀਆਂ ਦਾ ਗੁਰੂ ਹੈ। ਸ਼ਬਦ ਕਿਆ ਵਸਤੂ ਹੈ, ਲਿਪੀ ਦਾ ਨਾਂ ਸ਼ਬਦ ਨਹੀਂ। ਓਂਕਾਰ ਆਤਮਾ ਜਾਨਾ ਲਿਖਿਆ ਮਿਟਾ ਤਾਹੇ ਨਾ ਮਾਨਾ। ਸ਼ਬਦ ਦਾ ਕੋਈ ਰੰਗ ਰੂਪ ਨਹੀਂ ਹੈ, ਬ੍ਰਹਮ ਵੀ ਨਿਰਾਕਾਰ ਦਾ ਰੰਗ ਰੂਪ ਨਹੀਂ ਹੈ। ਐਵੇਂ ਦੀ ਆਵਾਜ਼ ਆਉਂਦੀ, ਅੱਲਾ ਪਾਕਮ ਪਾਕ ਹੈ ਸਤ ਕਰੋ ਜੇ ਦੂਸਰ ਹੋਏ। ਖਾਲਸਾ ਜੀ ਮਹਾਰਾਜ ਕਿਰਪਾ ਕਰੇ, ਗੁਰਬਾਣੀ ਦੇ ਅੰਦਰ ਤਤ ਕਥਨੰ ਤਤ ਚੰਤਰੰ ਅੰਨਿਓ ਅੰਨ ਜਨੰਤੀ, ਤਤ ਸਰੂਪ ਦਾ ਕਥਨ ਹੈ। ਨਾਲ ਹੀ ਦੂਸਰੇ ਦਾ ਗਿਆਨ ਫਿਰ ਪ੍ਰਾਪਤ ਕਰਿਓ, ਪਹਿਲਾਂ ਆਪਣਾ ਕਰ ਲਈਏ। ਆਪਾਂ ਕੌਣ ਹਾਂ ਪੁੱਛ, ਦੇਹ ਤਾਂ ਆਪਾਂ ਨਹੀਂ, ਮਨ ਵੀ ਆਪਾਂ ਨਹੀਂ, ਆਪਣੇ ਹਨ ਸਹੀ ਇਹ ਮੇਰ ਹੈ ਨਾ ਤੇ, ਲੇਕਿਨ ਆਪਾਂ ਕੌਣ ਹੋਏ। ਗੁਰੂ ਨਾਨਕ ਦੇਵ ਜੀ ਸਾਡੇ ਗੁਰੂ ਹੋਣ, ਫਿਰ ਨਾ ਸਾਨੂੰ ਪਤਾ ਲੱਗੇ ਅਫਸੋਸ ਨਹੀਂ ਹੈ। ਅੱਜ ਕਥਾ ਦੀ ਕਮੀ ਨਹੀਂ, ਅੱਜ ਕੀਰਤਨ ਦੀ ਕਮੀ ਨਹੀਂ, ਇਹ ਦੋ ਥੰਮ ਨੇ ਆਪਣੇ ਧਰਮ ਦੇ।
ਲੇਕਿਨ ਗੁਰਸਿੱਖੋ ਆਪਣਾ ਤਾਂ ਬਹੁਤ ਹੀ ਬੁਰਾ ਹਾਲ ਹੈ। ਇਸ ਕਰਕੇ ਗੁਰਸਿੱਖੋ ਬਹੁਤ ਸਾਰੇ ਸਾਧੂਆਂ ਕੋਲੋਂ ਭਾਸ਼ਣ ਸੁਣੀ ਦੇ। ਇੱਕ ਮਹਾਤਮਾ ਯੂਪੀ ਦੇ ਰਹਿਣ ਵਾਲੇ, ਉਹ ਕਹਿਣ ਲੱਗੇ ਜੀ ਜ਼ਿਮੀਦਾਰ ਤਿੰਨ ਫਸਲਾਂ ਬੀਜਦਾ, ਚਨਾ ਵੀ ਬੀਜਦਾ ਹੈ, ਗੇਹੂੰ ਵੀ ਬੀਜਦਾ ਹੈ ਔਰ ਚਾਵਲ ਵੀ ਬੀਜਦਾ ਹੈ, ਲੇਕਿਨ ਉਹਨਾਂ ਦੇ ਪਾਲਣ ਦੀ ਜਿਹੜੀ ਯੁਗਤੀ ਹੈ ਵੱਖਰੀ ਵੱਖਰੀ ਹੈ। ਛੋਲਿਆਂ ਦੀ ਫਸਲ ਨੂੰ ਪਾਣੀ ਇੱਕਦਮ ਮੀਂਹ ਪੈ ਜਾਵੇ ਬੇਅੰਤ ਹੋ ਜਾਂਦੀ ਹੈ, ਲੇਕਿਨ ਕਣਕ ਨੂੰ ਦੋ ਚਾਰ ਪਾਣੀਆਂ ਨਾਲ ਸਰ ਜਾਂਦਾ ਹੈ। ਚਾਵਲ ਨੂੰ ਕੌਣ ਨਹੀਂ ਜਾਣਦਾ ਕਿ ਪਾਣੀ ਖੜਾ ਹੀ ਰਹੇ ਹਰ ਵੇਲੇ ਤਾਂ ਹੁੰਦਾ। ਉਹ ਸਬਜਕਤ ਤ੍ਰਿਤੇ ਦੇ ਸਮਾਂ ਜਦੋਂ ਕੋਈ ਝੂਠ ਨਹੀਂ ਸੀ ਬੋਲਦਾ, ਗੁਰਬਾਣੀ ਦੀ ਗਵਾਹੀ ਹੈ, ਲੱਖ ਵਰਿਆਂ ਦੀ ਆਰਜਾ ਕੋਠੇ ਘੱਟ ਕੋਟ ਨ ਮੰਡਪ ਸਾਜੇ, ਕਰਨ ਤਪੱਸਿਆ ਬਨ ਵਿਖੇ ਵਕਤ ਗੁਜ਼ਾਰਨ ਪਿੰਨੀ ਸਾਗੇ ਸਵਾਦੀ ਨਹੀਂ ਤਨ ਲੋਕ। ਸਾਗ ਉਬਾਲ ਲੈਣਾ ਜੰਗਲ ਚੋਂ, ਪੁੰਨੀਆਂ ਵੱਟ ਕੇ ਪਾਣੀ ਨਿਚੋੜ ਕੇ ਉਹ ਢਿੱਡ ਭਰ ਲੈਣਾ ਸਵਾਦੀ ਨਹੀਂ ਸਨ। ਉਹਨਾਂ ਨੂੰ ਛੋਲਿਆਂ ਵਾਂਗੂ ਸਭ ਸੰਗਤ ਜੀ ਇੱਕ ਗਰੀਬ ਉਪਦੇਸ਼ ਦੀ ਲੋੜ ਸੀ, ਉਹ ਆਪਣੇ ਜਨਮ ਨੂੰ ਸਫਲਾ ਕਰ ਲੈਂਦੇ ਸੀ। ਅੱਜ ਕਰਜੁਗ ਦਾ ਸਮਾਂ ਹੈ, ਜਿਵੇਂ ਚਾਵਲਾਂ 'ਚ ਪਾਣੀ ਖੜਾ ਹੀ ਰਹੇ, ਆਪਾਂ ਹਰ ਵੇਲੇ ਸੰਗਤ ਕਰਦੇ ਹੀ ਰਹੀਏ ਤਾਂ ਸਤਸੰਗ ਜੀ ਸਾਡਾ ਭਲਾ ਹੋਵੇਗਾ। ਜਾਂ ਸਤਿਗੁਰ ਦਾ ਸਤਸੰਗਤ ਬਣਾਈ, ਜਿੱਥੇ ਸਤਿਗੁਰੂ ਮਹਾਰਾਜ ਸਾਹਿਬ ਜੀ ਸੁਸ਼ੋਭਿਤ ਹੋਏ ਉੱਥੇ ਹੀ ਘਰ ਘਰ ਅੰਦਰ ਧਰਮ ਸਾਰ ਹੋਵੇ, ਕੀਰਤਨ ਸਦਾ ਵਸੋਆ, ਬਾਬੇ ਤਾਰੇ ਚਾਰ ਥਕ ਨੌਕਣ ਪੱਥਵੀ ਸੱਚਾ ਢੋਆ, ਗੁਰਮੁਖ ਘਰ ਵਿੱਚ ਪ੍ਰਗਟ ਹੋਆ। ਕਲਯੁਗ ਦੇ ਅੰਦਰ ਗੁਰੂ ਨਾਨਕ ਦੇਵ ਜੀ ਨੇ ਖਾਲਸਾ ਜੀ ਅੰਮ੍ਰਿਤਮਈ ਖਜ਼ਾਨਾ ਦਸਾਂ ਸਰੂਪ ਵਰਤ ਕੇ ਇਹ ਗੁਰਬਾਣੀ ਕਿ ਖਾਲਸਾ ਪਰਚੇਗਾ, ਆਪਣਾ ਜਨਮ ਸਫਲਾ ਕਰ ਲਵੇਗਾ। ਸੋ ਸਤ ਸੰਗਤ ਜੀ, ਅੱਜ ਆਪਣੇ ਵਾਦ ਸਰਵਣ ਕੀਤੀ ਹੈ, ਇਹ ਮਹਾਂਵਾਕ ਹੈ ਇੱਕ ਓਂਕਾਰ ਤੋਂ ਗੁਰਪ੍ਰਸਾਦ ਤੱਕ, ਨਾਨਕ ਹੋਸੀ ਛੋਟੀ ਪੀ ਤੱਕ ਮੂਲ ਮੰਤਰ ਹੈ। ਇਹ ਗੁਰਬਾਣੀ ਆਰੰਭ ਕਿਹੜੀ ਹੋ ਰਹੀ ਹੈ? ਇਹਨੂੰ ਸਤ ਸੰਗਤ ਜੀ ਖਾਲਸਾ ਭੱਠਾਂ ਦੇ ਸਵਈਏ ਕਹਿੰਦਾ ਹੈ। ਬਹੁਤ ਸਾਰੇ ਸਾਡੇ ਵਿੱਚ ਐਸੇ ਪ੍ਰੇਮੀ ਵੀ ਹੈ, ਜੇ ਉਹਨਾਂ ਨੂੰ ਉਹਨਾਂ 'ਤੇ ਗੁੱਸਾ ਨਹੀਂ ਕਰਨਾ, ਉਹ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ, ਜਿਹੜੇ ਗੁਰੂ ਗ੍ਰੰਥ ਸਾਹਿਬ 'ਤੇ ਸ਼ੰਕਾ ਕਰਨ, ਜਿਹੜਾ ਆਪਣੇ ਮਾਂ ਬਾਪ 'ਤੇ ਸ਼ੰਕਾ ਕਰਦਾ ਖਾਲਸਾ ਜੀ, ਉਹਨੂੰ ਕੌਣ ਕੋਈ ਚੰਗਾ ਕਹੇਗਾ? ਜਿਨ੍ਹਾਂ ਨੇ ਬੱਚੇ ਦੇ ਉੱਤੋਂ ਹੀ ਲਹੂ ਡੋਲਤਾ, ਉਹ ਕਹਿੰਦਾ ਫਿਰਦਾ ਮੇਰਾ ਬਾਪ ਨਹੀਂ ਚੰਗਾ, ਮੇਰੀ ਮਾਂ ਨਹੀਂ ਚੰਗੀ, ਉਹਨੂੰ ਕੌਣ ਚੰਗਾ ਕਹੇਗਾ? ਅੱਜ ਗੁਰੂ 'ਚ ਨੁਕਸ ਕੱਢਾਂਗੇ, ਆਹ ਬਾਣੀ ਐ ਨਹੀਂ ਜੀ ਉਹ ਨਹੀਂ, ਸਾਡੇ ਨਾਲ ਜਿਹੜੇ ਦੇਹਧਾਰੀਆਂ ਨੂੰ ਗੁਰੂ ਮੰਨਦੇ ਉਹ ਚੰਗੇ ਨੇ, ਕਦੇ ਵੀ ਸ਼ੰਕਾ ਨਹੀਂ ਕਰਨਗੇ। ਸੋ ਖਾਲਸਾ ਜੀ ਭੁੱਲ ਕੇ ਵੀ ਗੁਰਬਾਣੀ 'ਤੇ ਸ਼ੰਕਾ ਨਹੀਂ ਕਰਨੀ ਕਿ ਭਗਤਾਂ ਬਾਣੀ ਹੈ ਜੀ, ਇਹ ਪੁਰਾਣੇ ਗੁਰੂਆਂ ਦੀ ਹੈ। ਨਾਮਾ ਛਿੰਬਾ ਕਬੀਰ ਜੁਰਾਹਾ, ਪੂਰੇ ਗੁਰ 'ਤੇ ਗਤ ਪਾਈ, ਬ੍ਰਹਮ ਕਬੇਤੇ ਸ਼ਬਦ ਪਛਾਣੇ, ਹਮੈ ਜਾਤ ਗਵਾਈ, ਸੁਰ ਨਰ ਤਨ ਕੀ ਬਾਣੀ ਗਾਵੇ ਕੋਈ ਰਮ ਮੇਟੇ ਭਾਈ, ਇਹ ਗੁਰੂ ਅਮਰਦਾਸ ਜੀ ਦਾ ਬਚਨ ਹਨ। ਸਾਡੀ ਕੀ ਜ਼ਰੂਰਤ ਹੈ ਅਸੀਂ ਸ਼ੰਕਾ ਕਰੀਏ ਗੁਰਬਾਣੀ 'ਤੇ ਬਈ? ਹਾਂ ਇਹ ਜ਼ਰੂਰ ਹੈ, ਜੇ ਕਿਸੇ ਦੀ ਨਿਗਾਹ ਕਮਜ਼ੋਰ ਹੋਵੇ ਉਹਨੂੰ ਚੰਦ ਦੋ ਦਿੰਦੇ ਹੈ, ਉਹ ਆਪਣੇ ਥਾਂ ਸੱਚਾ ਕਿ ਮੈਨੂੰ ਤਾਂ ਚੰਦ ਅੱਜ ਦੋ ਚੜੇ ਦਿੰਦੇ ਬਈ, ਲੇਕਿਨ ਉਹ ਨਹੀਂ ਦੇਖਦਾ ਮੇਰੀ ਨਿਗਾਹ ਕਮਜ਼ੋਰ ਹੈ। ਜਿਹਨੂੰ ਸ਼ੰਕਾ ਫੁਰਦੀ ਹੈ ਉਹ ਇਹ ਨਹੀਂ ਸਮਝਦਾ ਕਿ ਮੇਰੇ ਮਾੜੇ ਕਰਮ ਨੇ ਮੈਂ ਗੁਰੂ 'ਤੇ ਸ਼ੰਕਾ ਕਰਦਾ ਹਾਂ। ਭੁੱਲ ਕੇ ਵੀ ਖਾਲਸਾ ਜੀ ਕਦੇ ਗੁਰਬਾਣੀ ਦੇ ਉੱਤੇ ਪੂਰੇ ਕਾਕੀਆ ਸਭ ਕੁਛ ਪੂਰਾ, ਘੱਟ ਵੱਧ ਕੁਛ ਨਾਹੀਂ, ਨਾਨਕ ਗੁਰਮੁਖ ਐਸੇ ਜਾਣੇ ਪੂਰੇ ਮਹਿ ਸਮਾਹੀ, ਉਹਨੂੰ ਫਲ ਕੀ ਮਿਲੇਗਾ, ਪੂਰਾ ਤੋਂ ਬ੍ਰਹਮੀ ਹੈ ਭਾਈ ਉਹਦੇ ਸਮਾ ਜਾਵੇਗਾ। ਸੋ ਖਾਲਸਾ ਜੀ ਇਹ ਭੱਟਾਂ ਦੇ ਸਵਈਏ, ਅੱਠ ਪਾਤਸ਼ਾਹੀਆਂ ਦੀ ਗੁਰੂਆਂ ਦੀ ਬਾਣੀ, 17 ਭੱਟ ਹਨ ਜੋ ਕਾਂਸ਼ੀ ਦੇ ਸਤਸੰਗ ਵਿਚਰਦੇ ਇੱਧਰ ਉੱਧਰ ਆਏ, ਕਹਿੰਦੇ ਬੜੀ ਵਿੱਦਿਆ ਪੜ੍ਹੀ ਭਾਰਤ ਵਰਸ਼ ਦੇ ਅੰਦਰ। ਕਾਂਸ਼ੀ ਜਿਸ ਨੂੰ ਬਨਾਰਸ ਬੋਲਦੇ ਉਹ ਵਿੱਦਿਆ ਦਾ ਗੜ੍ਹ ਹੈ, ਪਹਿਲਾਂ ਤੋਂ ਚੜਿਆ ਆ ਰਿਹਾ, ਲੇਕਿਨ ਉੱਥੇ ਜਨਮ ਲੈ ਕੇ ਫਿਰ ਸ਼ਾਂਤੀ ਨਾ ਆਵੇ ਵੇਦ ਸ਼ਾਸਤਰਾਂ ਦੀ ਵਿੱਦਿਆ ਅਧਿਐਨ ਕਰਕੇ ਸਾਰੇ ਨੱਠੇ ਭੱਜੇ ਫਿਰਦੇ ਰਹੇ। ਜਦੋਂ ਇੱਥੇ ਆਏ ਖਾਲਸਾ ਜੀ ਕੀ ਕਿਹਾ ਭੱਟ ਨੇ, ਰਹੋ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀਏ ਮੁੱਠੋਂ ਹੋਏ ਮੰਡਤ ਮਿੱਠੇ, ਵਰਸੇ ਕਹੋ ਫਿਰਿਓ ਕਿਸੇ ਨਾ ਪਰਚੋ ਲਾਇਓ, ਕਹਿਤਾ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ।
ਨਾਮ ਛੋੜ ਦੂਜੇ ਲੱਗੇ ਤਿਲਕੇ ਗੁਣ ਹੋ ਕਿਆ ਕਹਾਂ ਗੁਰ ਦਈ ਮਨਾਵ ਪਿਖਿਆ ਜਿਵ ਤੂੰ ਰੱਖੇ ਤਕਰੋਂ। ਹੇ ਗੁਰੂ ਅਰਜਨ ਦੇਵ ਜੀ, ਜਿਵੇਂ ਤੁਸੀਂ ਮੈਨੂੰ ਸਾਨੂੰ ਰੱਖੋ, ਤੁਹਾਡੇ ਦਰਸ਼ਨ ਕਈ ਸ਼ਾਂਤੀ ਆ ਗਈ। ਉਹ ਭੱਟ ਸਾਹਿਬ ਸਮਝੀ ਪਿਛਲੇ ਜਨਮ ਦਾ, ਉਹਨਾਂ ਨੂੰ ਗਿਆਨ ਹੋਣਾ ਅੰਮ੍ਰਿਤਸਰ ਦਰਸ਼ਨ ਕਰਕੇ, ਉਹਨਾਂ ਨੂੰ ਆਪਾਂ ਖਾਲਸਾ ਭੱਟਾਂ ਦੇ ਸਵਈਏ ਕਹਿੰਦਾ ਹੈ। ਉਹਨਾਂ ਨੇ ਸਤਸੰਗ ਜੀ ਗੁਰੂ ਕਾ ਸਤੋਤਰ, ਪੰਜ ਪਾਤਸ਼ਾਹੀਆਂ ਦੀ ਮਹਿਮਾ, ਜਿਹੜੇ ਚਾਲੀ ਸਵਈਏ ਉਹ ਗੁਰਬਾਣੀ ਵਿੱਚ ਸਤਸੰਗ ਜੀ ਦਰਜ ਹਨ। ਇਹ ਜਿਹੜੀ ਬਾਣੀ ਹੈ ਇਹ ਆਰੰਭ ਹੋ ਰਹੀ ਖਾਲਸਾ ਜੀ, ਫਰੀਦ ਸਾਹਿਬ ਦੇ ਸਲੋਕ, ਕਬੀਰ ਸਾਹਿਬ ਦੇ ਸਲੋਕਾਂ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤਰਤੀਬ ਵਾਰ ਇਹ ਬਾਣੀ ਆ ਰਹੀ ਹੈ। ਉਹ ਕੌਣ ਸੀ ਖਾਲਸਾ ਜੀ? ਚਾਰੇ ਵੇਦ ਜਿਹਨਾਂ ਨੇ ਸੋਲ੍ਹਾਂ ਰੂਪ ਧਾਰੇ, ਇੱਕ ਇੱਕ ਵੇਦ ਨੇ ਚਾਰ। ਸਤਾਰਵਾਂ ਬਰਮਾ ਜੀ ਦਾ ਉਹਨਾਂ ਭਿੱਖਾ ਸੀ। ਆਪਾਂ ਦੇਖੋ ਸਰੀਰ ਮਿਲੇ ਆਪਾਂ ਨੂੰ, ਆਪਾਂ ਨੂੰ ਪਤਾ ਵੀ ਕਿੱਥੋਂ ਆਏ ਹਾਂ ਆਪਾਂ, ਜਿਹਨਾਂ ਘਰਾਂ 'ਚ ਜਨਮ ਲਿਆ ਆਪਾਂ ਪਹਿਲਾਂ ਉਹਨਾਂ ਦੇ ਵਾਕਫ ਸੀ। ਜਿਹੜੇ ਆਪਣੇ ਬਜ਼ੁਰਗ ਪੂਰੀ ਉਮਰ ਕਰਕੇ ਚਲੇ ਗਏ, ਮੁੜ ਕੇ ਮੁੜਨ ਗਏ, ਕਿੱਥੇ ਗਏ ਪਤਾ ਹੈ? ਇਹ ਵਾਹਿਗੁਰੂ ਜਾਣਦਾ। ਇਸੇ ਤਰ੍ਹਾਂ ਸਤ ਸੰਗਤ ਜੀ ਬ੍ਰਹਮ ਲੋਕ ਦੇ ਵਿੱਚ ਵੇਦ ਵੇਦਾਂ ਨੇ ਪ੍ਰਕਾਸ਼ ਹੋ ਕੇ ਸਤ ਸੰਗਤ ਜੀ ਬ੍ਰਹਮਾ ਨੇ ਗਿਆਨ ਦੇਣਾ। ਦੇਵ ਜਿਤਨੇ ਦੇਵਤੇ ਸੀ ਇਕੱਤਰਤਾ ਹੋਣੀ, ਭਗਵਾਨ ਦੇ ਜਾਣੇ ਕਰਕੇ ਸਤਿਕਾਰ ਨਾ ਕਰਨਾ, ਉਹਨੇ ਸ਼ਰਾਪ ਦੇਣਾ, ਜਾਓ ਮਾਤ ਲੋਕ 'ਚ ਜਨਮ ਧਾਰੋ, ਤੁਸੀਂ ਬੇਅਦਬੀ ਕੀਤੀ ਹੈ। ਹੱਥ ਜੋੜ ਕੇ ਖੜੇ ਹੋ ਗਏ, ਸਾਡਾ ਭਲਾ ਕਦੋਂ ਹੋਊ? ਕਹਿੰਦੇ ਕਲਯੁਗ ਦੇ ਅੰਦਰ ਨਿਰੰਕਾਰ ਆਪ ਗੁਰੂ ਨਾਨਕ ਰੂਪ ਧਾਰੇਗਾ, ਜਦੋਂ ਉਹਨਾਂ ਦੇ ਕੋਲ ਜਾਓਗੇ ਫਿਰ ਸ਼ਾਂਤੀ ਆਊ। ਸੋ ਖਾਲਸਾ ਜੀ ਇਹ ਸਾਰੇ ਜਿਹਨੇ ਭੱਟ ਸੰਗਿਆ ਵਾਲੇ ਸੀ ਇਕੱਠੇ ਹੋਏ, ਹਮੇਸ਼ਾ ਵਾਸਤੇ ਖਾਲਸਾ ਜੀ ਆਪਾਂ ਦੋ ਤਰ੍ਹਾਂ ਦੇ ਸੰਯੋਗ ਨੇ ਇਕੱਤਰ ਹੋਣ ਦੇ, ਇੱਕ ਜਨਮ ਸੰਯੋਗ ਹੈ, ਇੱਕ ਕਰਮ ਸੰਯੋਗ ਹੈ। ਜਨਮ ਸੰਯੋਗ ਜਿੱਥੇ ਆਪਾਂ ਮਾਤਾ ਪਿਤਾ ਦੇ ਸੰਬੰਧ ਕਰਕੇ ਜਨਮ ਧਾਰਿਆ, ਉਹ ਆਪਣਾ ਸੰਯੋਗ ਭੈਣਾਂ ਭਰਾਵਾਂ ਵਾਲਾ ਉਹ ਜਨਮ ਸੰਯੋਗ ਹੈ। ਜਿੱਥੇ ਜਿੱਥੇ ਤੁਸੀਂ ਵਿਆਹ ਕਰਾਵੋਗੇ ਬੀਵੀਆਂ ਅਤੇ ਭਾਈ, ਉੱਥੇ ਜਨਮ ਸੰਯੋਗ ਨੇ, ਉੱਥੇ ਕਰਮ ਸੰਯੋਗ ਹੈ। ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਬੀਬੀਆਂ ਨੇ ਸਤਸੰਗ ਜੀ ਜ਼ਿੰਦਗੀ ਬਤੀਤ ਕਰਨੀ। ਇਹ ਕਰਮ ਸੰਯੋਗ ਅਨੁਸਾਰ ਖਾਲਸਾ ਜੀ ਸਾਰੇ ਇੱਕ ਖਿਆਲ ਦੇ ਸਨ। ਆ ਬੱਚੇ ਪੜ੍ਹਨ ਆਏ ਨੇ, ਇਹ ਮੱਥ ਕੇ ਆਏ ਨੇ ਇੱਕ ਥਾਂ ਤੋਂ, ਕੋਈ ਕਿਤੋਂ ਹੈ ਕੋਈ ਕਿਤੋਂ ਹੈ। ਕਰਮਾਂ ਅਨੁਸਾਰ ਆਪਾਂ ਸਤਸੰਗ ਜੀ ਇਕੱਠੇ, ਰਾਤਰੀ ਪੈਂਦੀ ਹੈ, ਸਾਰੇ ਪੰਛੀ ਇੱਕ ਬਿਰਛ ਦੇ ਇਕੱਠੇ ਹੁੰਦੇ, ਦਿਨੇ ਪਤਾ ਹੁੰਦਾ ਵੀ ਫਲਾਣੇ ਫਲਾਣੇ ਪੰਛੀ ਨੇ ਬਿਰਛ ਦੇ ਉੱਤੇ ਬਿਰਖੇ ਹੇਠ ਸਭ ਜਨਤਾ ਇਕੱਠੇ, ਇੱਕ ਤੱਤੇ ਇੱਕ ਬੁਰਨ ਮਿੱਠੇ, ਅਸਤ ਅਦਾਤ ਭਇਆ ਉੱਠ ਚੱਲੇ ਜਿਉਂ ਜਿਉਂ ਅਹੁਦ ਵਿਹਾਣੀਆਂ। ਇਹ 16-17 ਭੱਟ ਇਕੱਠੇ ਹੋਏ, ਵਿੱਦਿਆ ਬੜੀ ਪੜ੍ਹੀ, ਕਹਿੰਦੇ ਬਈ ਅੱਜ ਆਪਾਂ ਗੁਰਬਾਣੀ ਪੜ੍ਹੀਏ ਸ਼ਾਂਤੀ ਨਾ ਆਵੇ। ਪਾਣੀ ਦੇ ਵਿੱਚ ਜੇ ਮੱਛੀ ਨੂੰ ਸ਼ਾਂਤੀ ਨਹੀਂ ਆਈ ਫਿਰ ਕਿੱਥੋਂ ਮਿਲੇਗੀ ਖਾਲਸਾ ਜੀ? ਅੱਜ ਗੁਰਬਾਣੀ ਦੁਆਰਾ ਆਪਾਂ ਨੂੰ ਸ਼ਾਂਤੀ ਨਹੀਂ ਆਵੇਗੀ ਫਿਰ ਕਿੱਥੋਂ ਭਾਲਦੇ ਹਾਂ ਖਾਲਸਾ ਜੀ? ਇਹ ਸਾਰੇ ਸਤਸੰਗਤ ਜੀ ਥਾਂ ਥਾਂ 'ਤੇ ਇਹਨਾਂ ਨੇ ਭੇਖਾਂ ਦੇ ਉੱਤੇ ਜਾ ਕੇ ਦਰਸ਼ਨ ਕੀਤੇ ਪਰ ਸ਼ਾਂਤੀ ਨਹੀਂ ਆਈ। ਜਦੋਂ ਗੁਰੂ ਅਰਜਨ ਦੇਵ ਜੀ ਦੇ ਪਾਸ ਆਏ, ਕਹਿੰਦੇ ਮਹਾਰਾਜ ਕਿਰਪਾ ਦ੍ਰਿਸ਼ਟੀ ਕਰੋ, ਗੁਰੂ ਅਰਜਨ ਦੇਵ ਜੀ ਕੌਣ ਹਨ? ਆ ਗੁਰਬਾਣੀ ਦੀ ਗਵਾਹੀ ਆ, ਧਰਨ ਗਗਨ ਨਵ ਖੰਡਵੈ ਜੋਤ ਸਰੂਪੀ ਰਹੋ ਭਰ ਭਨ ਮਥੁਰਾ ਕਛ ਭੇਦ ਨਹੀਂ ਗੁਰੇ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਜੀ ਪ੍ਰਤੱਖ ਨਿਰੰਕਾਰ ਦਾ ਦਰਸ਼ਨ ਕਰਕੇ ਖਾਲਸਾ ਜੀ ਸ਼ਾਂਤੀ ਆ ਗਈ, ਹੈਰਾਨ ਹੋ ਗਏ। ਕਹਿੰਦੇ ਮਹਾਰਾਜ ਸਾਡੇ 'ਤੇ ਬਖਸ਼ਿਸ਼ ਕਰੋ। ਸਤਿਗੁਰੂ ਜੀ ਕਹਿੰਦੇ ਸਰੋਵਰ 'ਤੇ ਇਸ਼ਨਾਨ ਕਰੋ। ਜਦੋਂ 68 ਘਾਟ 'ਤੇ ਇਸ਼ਨਾਨ ਕੀਤਾ, ਪਿਛਲੇ ਜਨਮ ਦਾ ਖਾਲਸਾ ਜੀ ਗਿਆਨ ਹੋ ਗਿਆ ਕਿ ਅਸੀਂ ਤਾਂ ਸਰਾਫੇ ਹੋਏ ਹਾਂ। ਜਿਸ ਵੇਲੇ ਸਤਸੰਗ ਜੀ ਬੇਨਤੀਆਂ ਕੀਤੀਆਂ, ਮਹਾਰਾਜ ਕਹਿੰਦੇ ਭਾਈ ਅੱਜ ਕਲਯੁਗ ਦੇ ਸਮੇਂ 'ਚ ਗੁਰੂ ਨਾਨਕ ਦੇਵ ਜੀ ਦਾ ਪ੍ਰਤਾਪ ਹੈ, ਗੁਰੂਆਂ ਦੀ ਮਹਿਮਾ ਕਰੋ। ਕਹਿੰਦੇ ਜੀ ਆਉਂਦੀ ਨਹੀਂ ਹੈ। ਅੱਜ ਗੁਰਬਾਣੀ ਦੇ ਮੁਕਾਬਲੇ 'ਤੇ ਆਪਾਂ ਕੋਈ ਸਤਸੰਗ ਜੀ ਕਵੀ ਲੋਕ ਗੁਰਬਾਣੀ ਲਿਖ ਸਕਦੇ ਨੇ? ਸਤਿਗੁਰ ਕੀ ਸੀਤ ਰੀਸਾ ਕੱਚ ਵਿੱਚ ਬੋਲਦੇ ਸੇ ਕੂੜੇ ਆਰ ਕੂੜੇ ਪਰਚ ਵੜੀਏ। ਸਾਰੇ ਕਹਿੰਦੇ ਨੇ ਮੈਨੂੰ ਵੀ ਕਵਿਤਾ ਆਉਂਦੀ, ਮੈਨੂੰ ਵੀ ਕਵਿਤਾ ਆਉਂਦੀ, ਲੇਕਿਨ ਗੁਰਸਿੱਖੋ ਗੁਰਬਾਣੀ ਤਾਂ ਸੱਚਖੰਡ 'ਚੋਂ ਆਈ ਹੈ, ਗੁਰਬਾਣੀ ਤੋਂ ਗੁਰਬਾਣੀ ਹੋਈ। ਕਹਿੰਦੇ ਮਹਾਰਾਜ ਸੰਦੇਸ ਕਿਰਪਾ ਕਰੋ, ਅਸੀਂ ਕਿਵੇਂ ਉਚਾਰੀਏ? ਉਸ ਵੇਲੇ ਖਾਲਸਾ ਜੀ ਇਹ ਬਾਣੀ ਪਹਿਲਾਂ
ਨੌ ਸਵੱਈਏ ਸਤਿਗੁਰ ਅਤੇ ਅਰਜਨ ਦੇਵ ਸਾਹਿਬ ਜੀ ਇਹਨਾਂ ਨੂੰ ਪੜ੍ਹ ਕੇ ਸੁਣਾਏ, ਉਹ ਜਿਹੜੀ ਬਾਣੀ ਹੈ ਖਾਲਸਾ ਜੀ ਆਰੰਭ ਹੋ ਰਹੀ ਹੈ। ਆਹ ਬਿਰਤੀਆਂ ਨੂੰ ਗਾਗਰ ਕਰੋ, ਜਿਤਨੇ ਇੱਕ ਦਿਨ ਮਹਾਰਾ ਬਖਸ਼ੇਗਾ ਇਹ ਆਪਾਂ ਗੁਰਬਾਣੀ ਵਿਚਾਰਿਆ ਕਰਾਂਗੇ ਔਰ ਆਪਣਾ ਜਨਮ ਦਾ ਲਾਹਾ ਲਿਆ ਕਰਾਂਗੇ। ਖਾਲਸਾ ਜੀ ਕੀਰਤਨ ਅਤੇ ਕਥਾ ਦਾ ਲਾਹਾ ਲਓ, ਜਿਸ ਕਰਕੇ ਆਪਣਾ ਜਨਮ ਸਫਲਾ ਹੋ ਜਾਵੇ। ਸੁਣੋ ਇੱਕ ਓਅੰਕਾਰ ਸਤਿਗੁਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ। ਖਾਲਸਾ ਜੀ ਇਹ ਮਹਾਂਮੰਤਰ ਨਾਨਕ ਕਥਾ ਨਾ ਹਰ ਕੇ ਗੁਣ ਗਾਈ। ਜਿਸ ਵੇਲੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਮੋਦੀਖਾਨਾ ਕੀਤਾ ਸੁਲਤਾਨਪੁਰ ਵਿਖੇ, ਆਪ ਜੀ ਬੇਈ ਨਦੀ 'ਤੇ ਇਸ਼ਨਾਨ ਕਰਨ ਜਾਇਆ ਕਰਦੇ। ਵਰਨ ਦੇਵਤੇ ਦੁਆਰਾ ਅੱਜ ਦੇ ਲੋਕ ਕਹਿੰਦੇ ਨੇ ਮਿਥਿਹਾਸ ਹੈ, ਉਹਨਾਂ ਨੂੰ ਇਹ ਨਹੀਂ ਪਤਾ ਮਿਥਿਹਾਸ ਕਹਿੰਦੇ ਕਿਹਨੂੰ ਨੇ। ਮਿੱਥਿਆ ਵਸਤੂ ਉਹ ਹੁੰਦੀ ਹੈ ਜਿਸੇ ਸਹੀ ਹੋਵੇ ਨਾ, ਉਹਨੂੰ ਕਹਿੰਦੇ ਮਿੱਥਿਆ। ਲੇਕਿਨ ਇਤਿਹਾਸ ਮਿੱਥਿਆ ਨਹੀਂ ਹੈ, ਜਿਤਨੀ ਅੰਮ੍ਰਿਤਮਈ ਬਾਣੀ ਹੈ ਇਹ ਮਿੱਥਿਆ ਨਹੀਂ। ਜਿਸ ਵੇਲੇ ਸੱਚੇ ਪਾਤਸ਼ਾਹ ਆਗਿਆ ਮੰਨ ਕੇ ਹੁਕਮ ਆਇਆ ਸਚਖੰਡ ਪਹੁੰਚੇ, ਕੀ ਕਿਹਾ? ਉਸ ਵੇਲੇ ਆਵਾਜ਼ ਆਈ ਵਾਹਿਗੁਰੂ ਵੱਲੋਂ, ਤੁਸੀਂ ਮੋਦੀਖਾਨੇ ਕਰਨ ਨਹੀਂ ਗਏ, ਤੁਸੀਂ ਸਾਡਾ ਰੂਪ ਹੋ, ਤੁਸੀਂ ਗੁਰ ਪਰਮੇਸ਼ੁਰ ਹੋ, ਅਸੀਂ ਇਕੱਲੇ ਪਰਮੇਸ਼ੁਰ ਹੋ। ਹੁਣ ਇਹ ਦੇਖਣਾ ਵੀ ਪਰਮੇਸ਼ੁਰ ਵੱਡਾ ਹੈ ਕਿ ਗੁਰੂ ਵੱਡਾ ਹੈ। ਗੁਰੂ ਗੋਬਿੰਦ ਦੋਨੋਂ ਖੜ੍ਹੇ, ਕਿਸ ਕੇ ਲਾਗੋ ਪਾਏ। ਪਰਮੇਸ਼ੁਰ ਵੀ ਖੜ੍ਹਾ ਹੋਵੇ, ਗੁਰੂ ਵੀ ਖੜ੍ਹਾ ਹੋਵੇ, ਆਪਾਂ ਕਿਹਦੇ ਚਰਨੀ ਲੱਗਾਂਗੇ? ਬਲਿਹਾਰੀ ਗੁਰੇ ਆਪਣਾ ਜਨ ਹਿਰਦੇ ਦੀਆ ਦਿਖਾਏ। ਗੁਰੂ ਤੋਂ ਬਲਿਹਾਰ ਜਾਈਏ ਜਿਸ ਨੇ ਉਹ ਪਰਮੇਸ਼ੁਰ ਨੂੰ ਜਿਹਨੂੰ ਕਹਿੰਦਾ ਮਿਲਣਾ, ਯਾਏ ਸ਼ਾਹ ਨਿਰੰਤਰ ਜੋ ਤੀਰ ਪੁਰਸ਼ਾ ਤੁਹਾਡੇ ਅੰਦਰ ਦਿਖਾ ਦੇਣਾ। ਕਰ ਸਾਰੀ ਬ੍ਰਹਮ ਗਿਆਨੀ ਆਪ ਪਰਮੇਸ਼ੁਰ। ਗੁਰੂ ਦੀ ਮਹਿਮਾ ਵੱਡੀ ਹੈ ਕਿ ਤੁਸੀਂ ਉਪਦੇਸ਼ ਕਿਉਂ ਨਹੀਂ ਦੇਣ ਲੱਗੇ? ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਕੀ ਕਿਹਾ? ਹੇ ਅਕਾਲ ਪੁਰਖ ਅੰਤਰ ਜਾਮੀ ਮਾਤ ਲੋਕ ਦਾ ਨਜਮਾ ਜੇ ਆਪ ਹੀ ਨਗੋਰਾ, ਦੂਜੇ ਨੂੰ ਕੀ ਗੁਰੂ ਉਪਦੇਸ਼ ਦੇਵੇਗਾ? ਜੇ ਕਹੀਏ ਗੁਰੂ ਅੰਗਦ ਦੇਵ ਜੀ ਦਾ ਗੁਰੂ ਦਾ ਗੁਰੂ ਨਾਨਕ ਦੇਵ ਜੀ ਸੀ, ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਹੋਇਆ ਬਈ? ਅਪਰੰਪਰ ਪਾਰ ਬਹਿਮ ਪਰਮੇਸ਼ੁਰ ਨਾਨਕ ਗੁਰ ਮਿਲਿਆ ਸੋਏ ਜੀਓ। ਪ੍ਰਕਿਰਤੀ ਦਾ ਪਰਾ ਰੂਪ ਜੋ ਅਕਾਲ ਪੁਰਖ ਅੰਤਰ ਜਾਮੀ ਆ, ਸੱਚਖੰਡ ਜਾ ਕੇ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਧਾਰਿਆ। ਔਰ ਆਹ ਮਹਾਂਮੰਤਰ ਸੱਚਖੰਡ ਜੀ ਗੁਰੂ ਕੋਲੋਂ ਮਿਲਿਆ ਕਰਦਾ ਹੈ, ਇਹਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਨਾਮ ਨਹੀਂ ਹੈ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ। ਉਦੋਂ ਬਾਅਦ ਅੱਗੇ ਜਿਹੜਾ ਸਲੋਕ ਆਵੇਗਾ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਇਹ ਮਹਾਰਾਜ ਜੀ ਕਥਨ। ਭਾਵੇਂ ਅਕਾਲ ਪੁਰਖ ਅਤੇ ਪਰਮੇਸ਼ੁਰ ਦੋ ਨੇ, ਗੁਰੂ ਪਰਮੇਸ਼ੁਰ ਦੋ ਨਹੀਂ ਹਨ, ਲੇਕਿਨ ਆਹ ਜਿਹੜਾ ਗੁਰਪ੍ਰਸਾਦ ਤੱਕ ਹੈ ਇਹ ਅਕਾਲ ਪੁਰਖ ਅੰਤਰਜਾਮੀ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਪ੍ਰਾਪਤ ਹੋਇਆ। ਪ੍ਰਾਪਤ ਕਰਕੇ ਸੰਤ ਘਾਟ 'ਤੇ ਪ੍ਰਗਟ ਹੋਣਾ, ਸੁਲਤਾਨਪੁਰ ਸਾਰੀਆਂ ਸੰਗਤਾਂ ਦੇ ਇਕੱਤਰ ਹੋਣ ਕੇ ਸਾਰਿਆਂ ਨੂੰ ਉਪਦੇਸ਼ ਦੇਣਾ ਆਰੰਭ ਕਰਨਾ, ਇਹ ਮਹਾਂਮੰਤਰ ਹੈ ਖਾਲਸਾ ਜੀ। ਇਹ 33 ਵਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਮਲਾ ਕਲਕਤ ਕੀਤਾ ਹੈ। ਵਸਤੂ ਨਿਰਦੇਸ਼ ਮੰਗਲ ਹੁੰਦੇ, ਇੱਕ ਓਂਕਾਰ ਸਤਿਗੁਰ ਪ੍ਰਸਾਦ ਹੈ, ਇੱਕ ਓਂਕਾਰ ਸਤਨਾਮ ਗੁਰਪ੍ਰਸਾਦ ਹੈ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਹੈ, ਇਹ ਮੰਗਲ ਹਨ ਖਾਲਸਾ ਜੀ। ਸੋ ਪ੍ਰੇਮੀਓ, ਇਹ ਸ਼ਬਦ ਮਹਾਰਾਜ ਉਪਦੇਸ਼ ਦੇਣ ਵੇਲੇ ਸ਼ੁਰੂ ਕਰਨ ਵੇਲੇ ਇਹ ਮੰਗ ਵਸਤੂ ਨਿਰਦੇਸ਼ ਮੰਗਲ ਕਰਦੇ ਹਨ। ਸਾਰੇ ਆਪਾਂ ਜਿਤਨੇ ਪ੍ਰੇਮੀ ਆ ਰੋਜ਼ ਜਪਜੀ ਸਾਹਿਬ ਪੜ੍ਹਦੇ ਕਿ ਨਹੀਂ? ਸਾਰੇ ਕਹਿੰਦੇ ਇੱਕ ਓਂਕਾਰ। ਇੱਕ ਓਂਕਾਰ ਦਾ ਅਰਥ ਕੀ ਹੋਇਆ ਬਈ? ਜੇ ਕਹੀਏ ਇੱਕ ਰੱਬ ਹੈ, ਅੱਜ ਪੁੱਛੋ ਦੁਨੀਆ ਕੈਸੀ ਹੈ, ਕਹਿੰਦਾ ਪਰੂਫ ਦਿਓ। ਪਰੂਫ ਦੇਣਾ ਬੜਾ ਔਖਾ ਹੈ ਕਿਸੇ ਨੂੰ। ਆਹ ਦਿਨ ਹੈ, ਕਹਿੰਦੇ ਵੀ ਦਿਨ ਦਾ ਪਰੂਫ ਦੇਵੇ, ਦਿਨ ਕੀ ਹੈ? ਦਿਨ ਹੈ ਕਿਸੇ ਚੀਜ਼ ਦੇ ਲਕਸ਼ਣ ਕਰਨੇ ਬਹੁਤ ਹੀ ਸੱਚਾਂ ਦੀ ਔਖੇ ਹਨ। ਇੱਕ ਕੀ ਹੈ? ਇੱਕ ਤਾਂ ਆਪਣੀ ਦ੍ਰਿਸ਼ਟੀ ਸੂਰਜ ਵੀ ਭਾਵੇਂ ਲੱਖਾਂ ਹਨ, ਲੇਕਿਨ ਆਪਾਂ ਜਿੱਦਣ ਦੇ ਜੰਮੇ ਇੱਕੋ ਹੀ ਹੈ ਸੂਰਜ ਭਾਈ। ਕੀ ਸੂਰਜ ਰੱਬ ਹੈ? ਲੇਕਿਨ ਸੂਰਜ ਰੱਬ ਤੋਂ ਨਿਆਰਾ ਵੀ ਨਹੀਂ ਹੈ। ਨਵਾਂ ਸੂਰਜ ਸੂਰਜੇ, ਨਵਾਂ ਚੰਦਰ ਚੰਦਰੇ। ਲੇਕਿਨ ਵਾਹਿਗੁਰੂ ਵਿਆਪਕ ਹੈ। ਰਾਗੀ ਸਿੰਘ ਜਿਹੜਾ ਸ਼ਬਦ ਪੜ੍ਹ ਰਹੇ ਸੀ ਉਹ ਨਿਰਾਕਾਰ ਦੀ ਸੱਚਾਂ ਦੀ ਉਪਾਸ਼ਨਾ ਵਿੱਚ ਸੀ। ਸ਼ਿਆਮ ਮੂਰਤ ਨਾ ਹੈ, ਕਹਿੰਦੇ ਸ਼ਿਆਮ ਮੂਰਤ
ਆਪਾਂ ਕਹਿੰਦੇ ਪਰਮੇਸ਼ਰ ਚਾਮ ਸਤੁੰਦਰ ਤਾਂ ਨੀਂਦ ਕਿਉਂ ਆਈ, ਮਹਾਮੋਹਨੀ ਦੂਤਾਂ ਲਾਈ, ਉਹ ਗੁਰਬਾਣੀ ਝੂਠੀ ਤਾਂ ਨਹੀਂ ਹੈ, ਉਹ ਸਰਗੁਣ ਸਰੂਪ ਦਾ ਇੱਕ ਅਦਵੈਤ ਸਰੂਪ ਹੈ। ਅਦਵੈਤ ਸਰੂਪ ਦਾ ਅਰਥ ਹੈ ਕਿ ਉਹਦੇ ਅੰਦਰ ਦੁਆਇਸ਼ ਨਹੀਂ ਹੈ। ਹੁਣ ਦੁਆਇਸ਼ ਵਸਤੂ ਸਭ ਸਮਝੀ ਕਿਆ ਹੋਈ, ਘਰਾਂ ਵਿੱਚ ਦੁਆਇਸ਼ ਪਾ ਦਿਓ ਸਾਰੇ ਭੜਥੂ ਮੱਚ ਜਾਵੇਗਾ ਘਰਾਂ 'ਚ, ਕਹਿੰਦੇ ਵੀ ਫਰਕ ਕਰਦਾ ਪੁਰਾਣਾ। ਦੁਆਇਸ਼ ਦੇ ਅੰਦਰ ਹੀ ਦੁਤੀਆ ਭਗਵੰ ਭਗਤੀ ਦੁਆਇਤ ਭਾਵ ਹੀ ਪੁਨਾ ਪੁਨਾ ਆਪਾਂ ਨੂੰ ਜੰਮਣ ਮਰਨ ਪੇਟੇਗਾ। ਕੌਣ ਜੰਮਣ ਮਰਨ ਤੋਂ ਨਹੀਂ ਛੁੱਟਣਾ ਚਾਹੁੰਦਾ, ਲੇਕਿਨ ਜੰਮਣ ਮਰਨ ਦੁਆਇਸ਼ ਵਿੱਚ ਹੈ। ਦੁਆਇਸ਼ ਦੀ ਜੜ ਖਾਲਸਾ ਦੀ ਬਹੁਤ ਹੀ ਸੂਖਸ਼ਮ ਹੈ, ਇਹ ਪੱਟਣੀ ਬੜੀ ਔਖੀ ਹੈ। ਆਪਣੇ ਸਾਰਿਆਂ ਭਰਾਵਾਂ ਕੋਲ ਸਰੀਰ ਹੈ ਕਿ ਨਹੀਂ, ਇਹ ਸਰੀਰ ਨਾਲ ਵੀ ਦੁਆਇਸ਼ ਹੈ ਆਪਣੇ ਕੋਲ। ਕਦੇ ਪੈਰਾਂ ਨੂੰ ਸ਼ੀਸ਼ਾ ਦਿਖਾਇਆ, ਤੁਸੀਂ ਮੂੰਹ ਨੂੰ ਰੋਜ਼ ਦਿਖਾਉਂਦੇ ਵਿਚਾਰੇ ਨੂੰ। ਜੇ ਤੁਹਾਡੇ ਕੋਈ ਲੜ ਪਏ ਹੱਥ ਮੂਹਰੇ ਕਰਦੇ ਹੋ ਕਿ ਸਿਰ ਹੈ ਦੁਆਇਸ਼, ਹੱਥਾਂ ਦਾ ਜੀ ਕਰਦਾ ਵੀ ਸਾਨੂੰ ਵੱਢ ਦਿਓ, ਸਿਰ ਕਹਿੰਦਾ ਮੈਂ ਨਾ ਫਸ, ਹੈ ਦੁਆਇਸ਼। ਦੁਤੀਆ ਭਗਵੰ ਭਗਤੀ ਇੱਕ ਦਾ ਅਰਥ ਹੈ ਅਦਵੈਤ ਸਰੂਪ ਬ੍ਰਹਮ ਹੈ, ਔਰ ਸਜਾਤੀ ਵਿਜਾਤੀ ਸੁਗਤ ਭੇਦ ਰਹੇ ਤਾਂ ਉਹਦੇ ਭੇਦਭਾਵ ਨਹੀਂ, ਉਹਦੀ ਸਵੈ ਜਾਤ ਕੋਈ ਨਹੀਂ ਕਿ ਸਰਵਜਤ ਦੇਸਾ ਸਰਵਤਰ ਪੇਸਾ ਸਾਰੇ ਛਮਾਇਆ ਹੋਇਆ। ਦੇਸ਼ ਕਾਲ ਵਸਤੂ ਪ੍ਰਸ਼ੇਦ ਵੀ ਹੈ, ਇਹ ਨਹੀਂ ਵੀ ਇੱਥੇ ਰੱਬ ਖਤਮ ਹੋ ਗਿਆ, ਕਹਾਂ ਫਲਾਣਾ ਦੇਸ਼ ਆ ਗਿਆ। ਦੇਸ਼ ਕਾਲ ਵਸਤੂ ਪ੍ਰਸ਼ੇਦ ਹੋਵੇ, ਸੁਜਾਤੀ ਵਿਜਾਤੀ ਸਵੈਤ ਭੇਦ ਤੋਂ ਰਹਿਤ ਹੋਵੇ, ਔਰ ਅਦਵੈਤ ਸਰੂਪ ਉਹਨੂੰ ਇੱਕ ਕਹਿੰਦੇ ਹੈ, ਇਹ ਇੱਕ ਦੇ ਅਰਥ ਹਨ। ਉਸ ਤੋਂ ਬਾਅਦ ਅੱਗੇ ਆਉਂਦਾ ਓਂਕਾਰ, ਓਂਕਾਰ ਦਾ ਸੰਕੇਤੀ ਅਰਥ ਸਰਬ ਕਾ ਪ੍ਰਕਾਸ਼ਕ ਹੈ। ਜਿਹੜੇ ਪ੍ਰੇਮੀ ਤੁਸੀਂ ਸਾਰੇ ਵਿਦਵਾਨ ਪੜ੍ਹੇ ਲਿਖੇ ਹੋ ਸਕੂਲਾਂ 'ਚ ਪੜ੍ਹਦੇ, ਨਾਲ ਹੀ ਇੱਕ ਰੂੜੀ ਸ਼ਬਦ ਹੁੰਦਾ, ਇੱਕ ਯੋਗ ਰੂੜੀ ਹੁੰਦਾ, ਇੱਕ ਯੋਗ ਹੁੰਦਾ। ਰੂੜੀ ਸ਼ਬਦ ਮੰਨ ਕੇ ਖਾਲਸਾ ਜੀ ਸਰਬ ਕਾ ਪ੍ਰਕਾਸ਼ਕ ਹੈ। ਜਦੋਂ ਇਸ ਨੂੰ ਨਖੇੜਾਂਗੇ ਉਸ ਵੇਲੇ ਖਾਲਸਾ ਜੀ ਅਰਥ ਬਦਲ ਜਾਣਗੇ। ਅਕਾਰ ਅਕਾਰ ਮਕਾਰ ਪੁੰਨ ਅਰਧ ਬਿੰਦ ਪਹਿਚਾਨ, ਚਾਰਾਂ ਕੋ ਸੁਣਦਾ ਹੈ ਜੋ ਓਂਕਾਰ ਬਖਾਨ। ਵਾਚ ਵਾਚਕ ਭਾਵ ਸੰਬੰਧ ਆਪ ਸਾਰੇ ਸਮਝਦੇ, ਅੱਜ ਇਤਨੀ ਸ੍ਰਿਸ਼ਟੀ ਹੈ ਵਾਚ ਵਾਚਕ ਹੀ ਹੈ, ਆਪਣੇ ਸਰੀਰ ਨੇ ਇਹ ਵਾਚ ਹਨ, ਜਿਹਨੂੰ ਜਨਾਈਏ ਉਹ ਵਾਚ ਹੈ, ਜਿਹੜੇ ਜਿਹੜਾ ਜਨਾਉਣ ਵਾਲਾ ਹੋਵੇ ਵਾਚਕ ਹੈ। ਆਪਣੇ ਨਾਮ ਕਿਹਨੂੰ ਜਨਾਉਂਦੇ ਨੇ, ਆਪਣੇ ਸਰੀਰਾਂ ਨੂੰ ਜਨਾਉਂਦੇ ਨੇ, ਸਰੀਰ ਵਾਚ ਹਨ, ਜਿਹੜੇ ਨਾਮ ਨੇ ਉਹ ਵਾਚਕ ਹਨ। ਆਹ ਗੁਰਬਾਣੀ ਵਾਚਕ ਹੈ, ਇਹ ਕਿਹਨੂੰ ਜਨਾਉਂਦੀ ਹੈ, ਨਿਰੰਕਾਰ ਨੂੰ ਵਾਹਿਗੁਰੂ ਨੂੰ ਜਨਾਉਂਦੀ ਹੈ। ਜੇ ਕੋਈ ਪੁੱਛੇ ਵੀ ਗੁਰਬਾਣੀ 'ਚ ਕੀ ਗੁਰਬਾਣੀ ਕੀ ਲਿਖਿਆ ਹੋਇਆ, ਕਿਹਨੂੰ ਹਾਕ ਮਾਰਦੀ ਆ ਗੁਰਬਾਣੀ, ਅੱਜ ਆਪਣੇ ਚੋਂ ਸਭ ਚੰਗ ਜੀ ਹਾਕ ਮਾਰੇ ਕੋਈ, ਕਈਆਂ ਦੇ ਇੱਕ ਨਾਮ ਵੀ ਆਪਣੇ ਹਨ, ਸਾਰੇ ਹੀ ਬੋਲਣਗੇ। ਜਿਹਨੂੰ ਬੁਲਾਉਣਾ ਉਹਦਾ ਵਿਲੱਖਣ ਕਹਿਣਾ ਉਹ ਫਲਾਣੇ ਪਿੰਡ ਵਾਲਾ ਬਈ। ਇਸੇ ਤਰ੍ਹਾਂ ਸਭ ਚੰਗ ਜੀ ਉਹ ਸ਼ਬਦ ਪੜ੍ਹੋ ਜਿਹਦੇ ਨਾਲ ਸਭ ਚੰਗ ਜੀ ਵਾਹਿਗੁਰੂ ਪ੍ਰਗਟ ਹੋ ਜਾਵੇ। ਐੜਾ ਊੜਾ ਮੰਮਾ ਓਂਕਾਰ ਓਂ ਸ਼ਬਦ ਹੈ ਵਾਸਤਵ ਵਿੱਚ। ਵੇਦਾਂ ਦੇ ਅੰਦਰ ਸਭ ਸੰਗ ਜੀ ਕਾਰ ਨਹੀਂ ਹੈ, ਓਂ ਹੀ ਹੈ। ਓਂ ਕਿਹੜੀ ਵਸਤੂ ਦਾ ਜਨਾਇਕ ਹੈ, ਤ੍ਰੇਠ ਅਰਥ ਨੇ ਸਭ ਸੰਗ ਜੀ ਓਂ ਦੇ। ਪੈ ਗਿਆ ਨਾ ਭੁਲੇਖਾ ਵੀ ਕਿਹਨੂੰ ਧਿਆਵਾਂਗੇ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦਾ ਵੀ ਤ੍ਰਿਗੁਣ ਵਿਸ਼ਿਆ ਵੇਦਾ, ਆਹ ਸਾਰੀ ਸ੍ਰਿਸ਼ਟੀ ਤ੍ਰਿਗੁਣ ਰੂਪ ਹੈ, ਰਜਗੁਣ ਤਮਗੁਣ ਸਤਗੁਣ ਕਹੀਆ, ਇਹ ਤੇਰੀ ਸਭ ਮਾਇਆ, ਜਿਤਨੀ ਮਾਇਆ ਹੈ ਇਹ ਤ੍ਰਿਗੁਣ ਰੂਪ ਹੈ। ਰੋਜ਼ ਜਪਜੀ ਸਾਹਿਬ ਪੜ੍ਹਦੇ ਹੋ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਇਹ ਤਮੋਗੁਣੀ ਸ੍ਰਿਸ਼ਟੀ ਹੈ। ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਰੁਣ, ਸਦੋ ਗੁਣੀ ਸ੍ਰਿਸ਼ਟੀ ਹੈ। ਇਸੇ ਤਰ੍ਹਾਂ ਰਾਜਨੀਤਿਕ ਲੋਕ ਨੇ ਜਿਹੜੇ ਅਸੰਖ ਸੂਰਮੋ ਪੱਕ ਸਾਰਾ ਆਦਿ, ਉਹ ਰਜੋ ਗੁਣੀ ਸ੍ਰਿਸ਼ਟੀ ਹੈ। ਤਿੰਨੇ ਅੱਖਰ ਉਹ ਤਿੰਨਾਂ ਦੇ ਅੱਡ ਅੱਡ ਜਨਾਇਕ ਹਨ, ਬ੍ਰਹਮਾ ਵਿਸ਼ਨੂੰ ਦੇ ਵੀ ਜਨਾਇਕ ਹਨ। ਲੇਕਿਨ ਆਪਾਂ ਅਕਾਲ ਪੁਰਖ ਦੇ ਜਨਾਇਕ ਉਪਾਸ਼ਕ ਹਾਂ, ਉਹਨਾਂ ਦੇਵਤਿਆਂ ਦੇ ਜਨਾਇਕ ਨਹੀਂ ਹਾਂ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ,
ਜਿਵ ਤੁਸ ਭਾਵੈ ਤਵੈ ਚੜਾਵੈ ਜਿਵ ਹੋਵੇ ਫਰਮਾਨ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਡਾਣ ਬੜੀ ਅਸਚਰਜਤ ਆਈ ਹੈ ਉਹ ਦਿਸ਼ਟਾ ਰੂਪ ਕਰਕੇ ਵਿਦੇਹ ਦੇਖ ਰਿਹਾ ਵਾਹਿਗੁਰੂ ਲੇਕਿਨ ਬ੍ਰਹਮਾ ਵਿਸ਼ਨੂੰ ਨੂੰ ਦਿਸਦਾ ਨਹੀਂ ਹੈ ਨਾਨਕ ਸੇ ਅੱਖਣੀਆਂ ਬਿਆਨ ਜਿੰਨੀ ਸੰਤੋ ਮਹਾਂਪੁਰੀ ਜਿਹਦਾ ਜਸ ਸੁਣ ਲਈਏ ਖਾਲਸਾ ਜੀ ਆਪਣਾ ਦੇਖਣ ਜ਼ਰੂਰ ਕਰੇਗਾ ਵੀ ਆਪਾਂ ਦੇਖ ਕੇ ਆਈਏ ਇੰਨਾ ਉਹਦੀ ਉਪਮਾ ਦੇਖ ਕੇ ਆਪਾਂ ਨੂੰ ਸਬਰ ਆ ਜਾਂਦਾ ਕਿਹੜਾ ਜਿਹੜਾ ਵਾਹਿਗੁਰੂ ਦੇ ਦਰਸ਼ਨ ਨਹੀਂ ਕਰਨਾ ਚਾਹੁੰਦਾ ਇਉਂ ਨਹੀਂ ਪਤਾ ਕਿ ਸਭ ਨੇ ਘੱਟੀ ਸਭ ਅਸੇ ਸਭ ਨੇ ਘੱਟ ਨਾ ਹੋਏ ਜਦੋਂ ਪ੍ਰਿਆ ਦੀ ਸਿੱਖ ਹਿਆਉ ਨਾ ਕਿਸੇ ਢਹੀ ਦਾ ਜੇ ਤੈਨੂੰ ਵਾਹਿਗੁਰੂ ਨਾਲ ਮਿਲਣ ਦੀ ਇੱਛਾ ਹੈ ਕਿ ਦਿਲ ਨਾ ਢਾਈ ਭਾਈ ਸਾਰਿਆਂ ਦੇ ਅੰਦਰ ਪਰਮੇਸ਼ੁਰ ਵੱਸਦਾ ਹੈ ਸੋ ਪ੍ਰੇਮੀਓ ਇਸ ਕਰਕੇ ਜਿਹੜੇ ਤਿੰਨੇ ਅੱਖਰ ਨੇ ਅੱਡ ਅੱਡ ਵੱਖਰੇ ਵੱਖਰੇ ਆਪਣੀਆਂ ਵਸਤਾ ਹੈ ਕਿ ਨਹੀਂ ਜਾਗਰਤ ਸੁਪਨ ਸੁਖੋਪਤ ਕੌਣ ਭੁੱਲਿਆ ਹੋਇਆ ਹੁਣ ਆਪਾਂ ਜਾਗਦੇ ਬੈਠੇ ਹਾਂ ਜੋ ਨੀਂਦ ਆ ਗਈ ਫਿਰ ਆਪਾਂ ਆਪਣੀ ਸੇਠੀ ਰਚ ਲੈਣੀ ਹੈ ਜਿਵੇਂ ਆਹ ਸੇਠੀ ਹੈ ਸੁਪਨਾ ਜਿਹੜੀ ਸੇਠੀ ਰਚਣੀ ਆਪਣੀ ਨਹੀਂ ਹੋਊ ਉਹ ਉਦੋਂ ਆਹ ਸਰੀਰ ਆਹ ਤਾਂ ਨਹੀਂ ਹੋਣਾ ਨੱਠੇ ਫਿਰਦੇ ਉਹ ਸਰੀਰ ਕਿਹਨੇ ਬਣਾਇਆ ਬਈ ਉਹ ਪਦਾਰਥ ਕਿਹਨੇ ਬਣਾਏ ਸਾਹ ਉਵੇਂ ਜਿਵੇਂ ਚੱਲੇਗਾ ਨਾੜੀਆਂ ਉਵੇਂ ਜਿਵੇਂ ਕੰਮ ਕਰਨਗੀਆਂ ਲੇਕਿਨ ਉਹ ਸਮਾਂ ਤੁਹਾਡੀ ਸੁਪਨ ਅਵਸਥਾ ਦਾ ਲੰਘੇਗਾ ਉਹਦੀ ਉਹ ਸੁਪਨੇ ਦੀ ਅਵਸਥਾ ਦਾ ਜਨਾਇਕ ਊੜਾ ਹੈ ਇਸ ਅਵਸਥਾ ਦਾ ਜਨਾਇਕ ਐੜਾ ਹੈ ਜਦੋਂ ਕਹਿੰਦੇ ਹੋ ਅੱਜ ਮੈਂ ਸੁੱਤਾ ਕੋਈ ਸੁਪਨਾ ਨਹੀਂ ਆਇਆ ਬੜਾ ਆਨੰਦ ਆਇਆ ਖਾਧਾ ਪੀਤਾ ਕੁਝ ਕਾਹਦਾ ਆਨੰਦ ਆਇਆ ਬਈ ਉਹਨੂੰ ਸੁਖੋਪਤ ਅਵਸਥਾ ਕਹਿੰਦੇ ਜਾਗਰਤ ਸੁਪਨ ਸੁਖੋਪਤ ਤੁਰੀਆ ਆਤਮ ਭੂਪਤ ਕੀ ਹੈ ਪੁਰੀਆ ਇਹ ਮਨ ਦੀਆਂ ਸਭ ਸੰਗਤ ਜੀ ਪੁਰੀਆਂ ਹਨ ਰਹਿਣ ਵਾਲੀਆਂ ਜਿਵੇਂ ਰਾਜਿਆਂ ਨੂੰ ਪੁੱਛੋ ਅੱਗੇ ਰਾਜੇ ਕਿੱਥੇ ਕਿੱਥੇ ਟਿਕਦੇ ਸੀ ਇੱਕ ਤਾਂ ਆਮ ਜਨਤਾ ਨੂੰ ਦਰਸ਼ਨ ਦਿੰਦੇ ਸੀ ਕਿ ਜਿਤਨੀ ਜਨਤਾ ਅਸੀਂ ਇਹਨਾਂ ਦੇ ਪਿਤਾ ਕਿ ਰਾਜਾ ਪਿਤਾ ਹੁੰਦਾ ਸਾਰੀ ਪ੍ਰਜਾ ਦਾ ਫਿਰ ਉਹ ਵਜ਼ੀਰਾਂ 'ਚ ਖਾਸ ਬਹਿੰਦੇ ਸੀ ਪ੍ਰਬੰਧ ਕਰਨ ਵਾਸਤੇ ਦੂਜਾ ਟਿਕਾਣਾ ਉਹ ਤੀਜਾ ਸਤਸੰਗ ਜੀ ਫਿਰ ਆਪਦੇ ਪਰਿਵਾਰ 'ਚ ਵੀ ਰਾਣੀਆਂ ਦੇ ਬੈਠਦੇ ਸੀ ਚੌਥੇ ਥਾਂ ਖਾਲਸਾ ਜੀ ਉਹ ਫਿਰ ਇਕੱਲੇ ਹੋ ਕੇ ਬੈਠਦੇ ਸੀ ਹੇ ਵਾਹਿਗੁਰੂ ਆਹ ਜਿਤਨੀ ਪ੍ਰਜਾ ਇਹਦੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਮੇਰੇ ਤੋਂ ਪਾਪ ਨਾ ਹੋ ਜਾਏ ਕਿਤੇ ਮੇਰੇ 'ਤੇ ਕਿਰਪਾ ਕਰੋ ਧੁੱਪੋਂ ਰਾਜ ਰਾਜੋ ਨਰਕ ਕਿਉਂ ਕਿਤੇ ਨਰਕ ਨਾ ਜਾਣਾ ਪੈ ਜੇ ਰਾਜੇ ਦੇ ਚਾਰ ਥਾਂ ਹੋਏ ਇਸੇ ਤਰ੍ਹਾਂ ਆਪਣੇ ਵੀ ਖਾਲਸਾ ਜੀ ਚਾਰ ਥਾਂ ਨੇ ਜਾਗਰਤ ਸੁਪਨ ਸੁਖੋਪਤੀ ਇਹਦੇ 'ਚ ਤਾਂ ਆਪਾਂ ਸਾਰੇ ਵਿਚਰਦੇ ਹਾਂ ਕਿਹਨੂੰ ਪੁੱਟਿਆ ਹੋਇਆ ਹੈ ਲੇਕਿਨ ਤੁਰੀਆ 'ਚ ਨਹੀਂ ਪਹੁੰਚਿਆ ਜਾਂਦਾ ਤੁਰੀਆ 'ਚ ਕੌਣ ਪਹੁੰਚਾਵੇਗਾ ਤੁਰੀਆ ਆਹ ਸੰਗਤ ਪਹੁੰਚਾਵੇਗੀ ਲੇਕਿਨ ਉਸ ਅਵਸਥਾ 'ਚ ਫਿਰ ਮੁੜ ਕੇ ਨਹੀਂ ਆਈਦਾ ਬੌਰਮ ਕਾਹੇ ਆਵਾਂਗੇ ਆਵਣ ਜਾਣਾ ਹੁਕਮ ਤਸੇਗਾ ਹੁਕਮ ਹੈ ਬੁੱਝ ਸਮਾਵਾਂਗੇ ਇਸ ਕਰਕੇ ਖਾਲਸਾ ਜੀ ਕਿਆ ਕਹੀਏ ਵਾਹਿਗੁਰੂ ਕਿਰਪਾ ਕਰੇ ਪਰਮੇਸ਼ੁਰ ਵੀ ਬੇਅੰਤ ਹੈ ਗੁਰੂ ਵੀ ਬੇਅੰਤ ਹਨ ਆਹ ਗੁਰਬਾਣੀ ਵੀ ਬੇਅੰਤ ਹੈ ਸੋ ਖਾਲਸਾ ਜੀ ਫਿਰ ਗਾਹਾਂ ਆ ਗਿਆ ਕਾਰ ਹੋਰ ਕਿਸੇ ਸ਼ਾਸਤਰ 'ਚ ਕਾਰ ਨਹੀਂ ਓਮ ਹੀ ਹੈ ਕਾਰ ਕਿਹਦੀ ਜਨਾਇਕ ਹੋਈ ਬਈ ਆੜਾ ਉੜਾ ਮਾਤਾ ਹੋਏ ਵਾਹਿਗੁਰੂ ਕਿਸੇ ਵੀ ਸ਼ਬਦ ਦਾ ਜਨਾਇਕ ਨਹੀਂ ਜਿਹੜਾ ਤੁਸੀਂ ਵਾਹਿਗੁਰੂ ਵਾਹਿਗੁਰੂ ਜਪਦੇ ਹੋ ਵਾਹਿ ਨਾਮ ਅਚਰਜ ਕੋ ਹੋਈ ਅਚਰਜ ਤੇ ਪਰੁਕਤ ਨਾ ਕੋਈ ਕਿਸੇ ਵਸਤੂ ਦੀ ਸਿਫਤ ਕਰਦੇ ਹੋ ਜਦੋਂ ਕਹੋਗੇ ਨਾ ਇਹ ਅਸਚਰਜ ਹੈ ਬਈ ਦੱਸੋ ਫਿਰ ਤੁਹਾਡੇ ਕੋਲ ਸ਼ਬਦ ਹੈ ਵਰਤਣ ਨੂੰ ਕੋਈ ਅਸਚਰਜ ਸਭ ਤੋਂ ਇਸੇ ਕਰਕੇ ਵਾਹਿਗੁਰੂ ਨਾਮ ਸਭ ਤੋਂ ਉੱਚਾ ਹੈ ਉਸ ਤੋਂ ਬਾਅਦ ਕਥਨੀ ਨਹੀਂ ਹੈ ਗੁਰੂ ਸਾਹਿਬ ਨੇ ਆਪਾਂ ਨੂੰ ਕਿਹਾ ਕਿ ਵਾਹ ਅਸਚਰਜ ਹੈ ਉਹ ਇਸੇ ਤਰ੍ਹਾਂ ਖਾਲਸਾ ਜੀ ਜਿਹੜੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੇ ਅੰਦਰ ਸ਼ਕਤੀ ਕੰਮ ਕਰ ਰਹੀ ਹੈ ਉਹਦੀ ਜਨਾਇਕ ਕਾਰ ਹੈ ਵਾਚ ਵਾਚਕ ਪਰਸੋਂ ਦੇ ਨਾਲ ਇਹ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਦੇ ਘਰ ਸਿਫਤਾਂ ਹਨ ਜਿਹੜੇ ਹੋਰ ਸ਼ਾਸਤਰਾਂ 'ਚੋਂ ਪਦਾਰਥ ਨਹੀਂ ਮਿਲਦਾ ਉਹ ਅੱਜ ਗੁਰਬਾਣੀ 'ਚੋਂ ਪ੍ਰਾਪਤ ਹੁੰਦਾ ਖਾਲਸਾ ਜੀ ਸੋ ਖਾਲਸਾ ਜੀ ਇਸ ਕਰਕੇ ਵਾਹਿਗੁਰੂ ਜੀ ਨਿਰਾਕਾਰ ਹੈ ਕਿਹੜਾ ਸ਼ਬਦ ਹੈ ਉਸਨੂੰ ਜਣਾਉਣ ਵਾਲਾ ਜਿਹਦਾ ਆਕਾਰ ਕੋਈ ਨਹੀਂ ਹੈ ਬਈ ਜਿਹੜਾ ਆਕਾਰ ਹੈ ਉਹਨੂੰ ਸਾਰਾ ਕੋਈ ਕਹਿੰਦਾ ਵੀ ਇਹ ਪੀਲਾ ਕੋਈ ਕਹਿੰਦਾ ਰੰਗ ਉਹ ਸਾਰੇ ਦੱਸਣਗੇ ਇਸ ਕਰਕੇ ਖਾਲਸਾ ਜੀ ਓਂਕਾਰ ਕਹੀਏ ਇਕੱਠਾ ਸ਼ਬਦ ਰੂੜੀ ਮੰਨ ਕੇ ਸਰਵ ਕਾ ਪ੍ਰਕਾਸ਼ਕ ਹੈ ਸਭ ਮੈਂ ਜੋਤ ਜੋਤ ਹੈ ਸੋਏ
ਤੇਰੇ ਚੰਨ ਸਮੇਂ ਚੰਨ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਐਸਾ ਹੈ ਖਾਲਸਾ ਜੀ। ਲੇਕਿਨ ਨਿਰਾਕਾਰ ਕਿਸੇ ਵਸਤੂ ਦਾ ਚਨਾਇਕ ਨਹੀਂ। ਸਥੂਲ ਰੂਪ ਕਰਕੇ ਦ੍ਰਿਸ਼ਟਾਂਤ ਦਈਏ, ਆਹ ਬਿਜਲੀ ਨਹੀਂ ਆਉਂਦੀ ਖਾਲਸਾ ਜੀ, ਉਹੀ ਬਿਜਲੀ ਫਰਿੱਜ 'ਚ ਜਾਂਦੀ, ਉਹੀ ਬਿਜਲੀ ਆ ਪੱਖੇ 'ਚ ਲਾਉਂਦੀ, ਉਹੀ ਹੀਟਰ 'ਚ ਜਾਂਦੀ। ਉੱਥੇ ਅੱਗ ਪੈਦਾ ਹੁੰਦੀ, ਉੱਥੇ ਹਵਾ ਸਮਾਨ ਰਜੋਗੁਣੀ ਹੈ, ਉੱਥੇ ਬਰਫ਼ ਪੈਦਾ ਕਰਦੀ। ਇਸੇ ਤਰ੍ਹਾਂ ਸਤਸੰਗ ਜੀ, ਸਤੋ ਸੰਜਾਇ ਤੇ ਗਿਆਨਾ, ਸਤੋ ਗੁਣ ਵਿੱਚ ਗਿਆਨ ਹੈ। ਪਾਪ ਪੁੰਨ ਤੋਂ ਨਹੀਂ ਆਪਾਂ ਛੁੱਟ ਸਕਦੇ। ਆਪਾਂ ਖਾਲਸੇ ਕਹਿੰਦੇ ਵੀ ਮਾਸ ਨਹੀਂ ਖਾਣਾ। ਤਮੋ ਗੁਣੀ ਨੂੰ ਵਧਾਉਣ ਵਾਲੀਆਂ ਜਿਹੜੀਆਂ ਵਸਤੂਆਂ ਨੇ, ਉਹਨਾਂ ਦਾ ਸਤਸੰਗ ਜੀ ਤਿਆਗ ਕਰਾਉਂਦਾ ਹੈ ਖਾਲਸਾ। ਨਾ ਖਾਲਸਾ ਕਸਾਈ ਹੈ, ਨਾ ਖਾਲਸਾ ਸਤਸੰਗ ਜੀ ਬਹੁਤਾ ਵੈਸ਼ਨੂ ਹੀ ਹੈ। ਜੋ ਗੁਰੂ ਘਰ ਦੀ ਜੋ ਸਤਸੰਗ ਜੀ ਮਰਜ਼ਾਦਾ, ਉਸਨੂੰ ਪ੍ਰਪੱਖ ਕਰਕੇ ਖਾਲਸਾ ਜੀ ਅਸੰਗਤ ਦੇ ਆਸਰੇ ਆਪਣਾ ਜਨਮ ਧਰਮ ਦੀ ਸਤਸੰਗੀ ਕਿਰਤ ਕਰਦਾ, ਬਤੀਤ ਕਰਦਾ ਹੈ। ਸੋ ਖਾਲਸਾ ਜੀ, ਸਮਾਂ ਨੇੜੇ ਹੋ ਰਿਹਾ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ। ਇੱਥੋਂ ਅੱਗੇ ਜਿਸ ਪ੍ਰਕਾਰ ਇਹ ਮਹਾਂਮੰਤਰ ਦੇ ਵਿਚਾਰ ਆਉਣਗੇ, ਉਹ ਆਪਾਂ ਵਿਚਾਰਾਂਗੇ ਕਰਨ ਨੂੰ। ਉਸ ਤੋਂ ਬਾਅਦ ਜਿਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਅੰਮ੍ਰਿਤਮਈ ਬਾਣੀ ਕੀ ਉਚਾਰਨ ਕੀਤੀ ਭੱਟਾਂ ਪ੍ਰਤੀ, ਕਿ ਗੁਰੂ ਨਾਨਕ ਦੇਵ ਜੀ ਅਤੇ ਬ੍ਰਹਮ ਦਾ ਕੋਈ ਅੰਤਰਾ ਨਹੀਂ ਹੈ, ਗੁਰੂ ਨਾਨਕ ਦੇਵ ਪਾਰ ਬ੍ਰਹਮ ਰੂਪ ਹੈ, ਇਹਦੇ ਵਿੱਚ ਕੋਈ ਫਰਕ ਨਾ ਸਮਝ ਲਓ। ਗੁਰ ਪਰਮੇਸ਼ੁਰ ਏਕ ਹੈ, ਸਮੈ ਰਿਹਾ ਸਮਾਏ। ਇਹ ਸਭ ਤਾਂ ਜੀ ਉਹਨਾਂ ਨੂੰ ਨੇਚਾ ਕਰਾਉਣਗੇ ਆਪ ਜੀ, ਫਿਰ ਕਹਿਣਗੇ ਕਰੋ ਉਸ ਤੋਂ ਤੁਹਾਨੂੰ ਸ਼ਾਂਤੀ ਆਵੇ। ਕਹਿੰਦੇ ਮਹਾਰਾਜ ਕੀ ਕਰੀਏ, ਆਉਂਦਾ ਜੀ ਕਰਨਾ। ਅਗਲੇ ਸਵਈਏ ਚਾਰ ਕੇ ਨਾ ਦੇਹ ਦਿਹਾਸ ਕੱਟਣਗੇ। ਅਗਿਆਨ ਦੁੱਖ ਰੂਪ ਨਹੀਂ ਹੈ, ਦੇਹ ਦਿਹਾਸ ਰੂਪ ਹੈ। ਦੇਹ ਦਿਹਾਸ ਨਾ ਜਤਰ ਪਾਪਾਂ ਕੋਟ ਗਊ ਵੱਧਤੇ, ਯਹੀ ਇੱਕ ਕਰੋੜ ਗਊ ਵੱਧਦੇ ਪਾਪ ਕਰ ਲਿਆ। ਅਸੀਂ ਦੇਹ ਦਿਹਾਸੀਆਂ ਫੋਟੋਆਂ ਖਿਚਾਉਂਦੇ ਫਿਰਦੇ ਕਰਤਾ ਜੀ, ਦੇਹ ਤਾਂ ਆਪਾਂ ਨਹੀਂ ਹਾਂ। ਜੇ ਨਾ ਹੋਈ ਇਸ ਤੋਂ ਪਰੇ ਸੱਤ ਹੈ ਸੋਈ। ਸੋ ਪ੍ਰੇਮੀਓ, ਇੱਥੇ ਵਿਸਰਾਮ ਦਿੰਦਾ, ਉਹਨਾਂ ਚੁੱਕਾਂ ਮਾਫ਼ ਕਰਨੀਆਂ। ਮਹਾਰਾਜ ਕਿਰਪਾ ਕਰਨ, ਇਹ ਜਿੰਨਾ ਅੰਮ੍ਰਿਤਮਈ ਖਜ਼ਾਨਾ ਮਹਾਰਾਜ ਨੇ ਦਸਾਂ ਸਰੂਪਾਂ 'ਚ ਵਰਤ ਕੇ ਆਪਾਂ ਨੂੰ ਬਖਸ਼ਾਂ ਕੀਤੀਆਂ, ਇਹ ਆਪਣਾ ਕਿਣਕਾ ਆਪਣੇ ਹਿਰਦੇ 'ਚ ਵਾਸੇ ਸਤਸੰਗ ਜੀ, ਜਾਣੂ ਸਾਰਾ ਸਫਲਾ ਹੋ ਜਾਂਦਾ। ਕਿਣਕਾ ਇੱਕ ਜੀ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੇ। ਐਡੀ ਵੱਡੀ ਮਹਿਮਾ ਇਹ ਗੁਰੂ ਸਾਹਿਬ ਦੀ ਹੈ, ਇੱਥੇ ਵਿਸਰਾਮ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਜੀ। ਲੋ ਮੁਖ ਵਾਹਿਗੁਰੂ ਜੀ ਕਾ ਖਾਲਸਾ।